ਜਪ ਗੋਬਿੰਦ ਗੋਪਾਲ ਲਾਲੋ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲੋ ਜਪ ਗੋਬਿੰਦ ਗੋਪਾਲ ਲਾਲੋ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲੋ ਕੋਟ ਜਨਮ ਭ੍ਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀਂ ਉਧਾਰੋ ਬਾਬਾ ਨਾਨਕ ਆਖੈ ਇਹੋ ਵਿਚਾਰੋ ਬਿਨ ਗੁਰ ਪੂਰੇ ਨਾਹੀਂ ਉਧਾਰੋ ਬਾਬਾ ਨਾਨਕ ਆਖੈ ਇਹੋ ਵਿਚਾਰੋ ਸਭ ਸਾਜੀ ਆਪੇ ਥਾਪ ਉਥਾਪ ਨਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸਾਚ ਮਿਲਾਏਂ ਸਤਿਗੁਰੂ ਤੀਜੇ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਚੱਲ ਰਹੀ ਲੜੀ ਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਦੇ ਨੇ
ਆਪੇ ਸ੍ਰੇਸ਼ਟ ਹੁਕਮ ਸਭ ਸਾਜੀ, ਆਪੇ ਥਾਪ ਉਥਾਪ ਨਿਵਾਜੀ। ਪਰਿਪੂਰਨ ਪਰਮਾਤਮਾ ਨੇ ਸੁੰਦਰ ਜਗਤ ਦੀ ਰਚਨਾ ਸਵੈਮ ਆਪ ਕੀਤੀ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਇੱਕ ਨੂਰ ਤੋਂ ਹੀ ਜਗਤ ਦੀ ਰਚਨਾ ਹੈ, ਪਦਾਇਸ਼ ਆਪ ਹੀ ਥਾਪ ਕੇ ਸਾਜ ਕੇ ਵਡਿਆਈ, ਪਾਲਣਾ ਵੀ ਪਰਿਪੂਰਨ ਪਰਮਾਤਮਾ ਸਵੈਮ ਆਪ ਕਰਦਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣ, ਦੇਂਦਾ ਤੋਟ ਨਾ ਆਵਈ, ਅਗੰਤ ਭਰੇ ਭੰਡਾਰ ਭੰਡਾਰੇ ਭਰੇ ਪਏ ਨੇ ਮੇਰੇ ਵਾਹਿਗੁਰੂ ਪਰਮੇਸ਼ਰ ਦੇ, ਕੋਈ ਤੋਟ ਘਾਟਾ ਹੈ। ਸਭ ਨਾਲ ਰੋਜੀ ਸਿਰ ਬਸਿਰ ਆਪ ਪਹੁੰਚਾਉਂਦਾ ਹੈ, ਦਿੰਦਾ ਹੈ, ਪੱਥਰਾਂ ਵਿੱਚ ਵੀ ਦਿੰਦਾ ਹੈ, ਤਾਂ ਜੋ ਮਾਰਗ ਨਾ ਹੋਏ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰਦਾ ਹੈ। ਕਿਉਂਕਿ ਸਭਨਾਂ ਦੀ ਪਾਲਣਾ ਸਵੈਮ ਪਰਮੇਸ਼ਰ ਕਰਦਾ ਹੈ। ਚਾਰ ਖਾਣੀਆਂ ਦੇ ਜੀਵ ਨੇ ਅੰਡਜ ਜੇਦਜ ਉਤਪੁਜ ਸੇਤਜ ਤੇਰੇ ਕੀਤੇ ਜਾਂਦਾ, ਪਾਲਣਾ ਸਭਨਾਂ ਦੀ ਕਰਦਾ, ਸਭਨਾਂ ਨੂੰ ਰਚਣਹਾਰ ਪਰਮੇਸ਼ਵਰ ਆਪ ਹੈ। ਆਪ ਹੀ ਉਠਾਏ ਔਰ ਪਰਲੋ ਵੀ ਆਪ ਹੀ ਕਰਦਾ। ਆਪੇ ਨਿਆਓ ਕਰੇ ਸਭ ਸਾਚਾ, ਸਾਚੇ ਸਾਚ ਮਿਲਾਏਂਦਾ। ਸੱਚਾ ਮੇਰਾ ਪਰਿਪੂਰਨ ਪਰਮਾਤਮਾ ਸੱਚਾ ਨਿਆਉ ਵੀ ਆਪ ਸਵੈਮ ਕਰਦਾ। ਸਭਨਾਂ ਦੀ ਵਿਚਾਰ ਹੁੰਦੀ ਹੈ, ਖੋਟਿਆਂ ਤੇ ਖਰਿਆਂ ਦੀ ਪਰਖ ਵੀ ਸਵੈਮ ਕਰਦਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਖਾ। ਖੋਟੇ ਤੇ ਖਰਿਆਂ ਦੀ ਪਰਖ ਵੀ ਪਰਮੇਸ਼ਰ ਕਰਦਾ ਹੈ। ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀ ਹੈ ਬਾਹਰ। ਕਰੇ ਜਿਨ੍ਹਾਂ ਦੇ ਸਵੱਛ ਨਿਰਮਲ ਕਰਮ ਜਿਨ੍ਹਾਂ ਨੇ ਜਪਿਆ ਵਾਹਿਗੁਰੂ ਨੂੰ, ਉਹ ਸੱਚਖੰਡ ਦੇ ਵਾਸੀ, ਦੂਜਿਆਂ ਨੂੰ ਨਰਕ ਵਿੱਚ ਭੇਜਿਆ ਜਾ। ਕਿਉਂਕਿ ਪਰਮੇਸ਼ਰ ਦਾ ਵਿਧਾਨ ਮਰਿਆਦਾ ਹੈ, ਉੱਥੇ ਸੱਚੋ ਹੀ ਸੱਚ ਨਿਬੜ ਚੁਣ ਵੱਖ ਕੱਢੇ ਜਜਮਾਲਿਆ। ਸੱਚੀ ਦਰਗਾਹ ਵਿੱਚ ਸੱਚੋ ਸੱਚ ਦੇ ਨਿਬੇੜੇ ਹੁੰਦੇ, ਸੱਚਾ ਨਿਆ ਜਿਹਨਾਂ ਨੂੰ ਸੱਚੇ ਕਰਕੇ ਆਪਣੇ ਵਿੱਚ ਬੁਲਾ ਲਾਉਂਦਾ। ਕਾਇਆ ਕੋਟ ਹੈ ਆਕਾਰਾ, ਵਾਇਆ ਮੋਹ ਪਸਰਿਆ ਵਾਸਾਰਾ। ਸਤਿਗੁਰੂ ਫਰਮਾਉਂਦੇ ਨੇ, ਇਹ ਦੇਹ ਸੁੰਦਰ ਤਨ ਆਪਣਾ ਜੋ ਕੋਟ ਦੇ ਆਕਾਰ ਹੈ, ਇੱਕ ਕਿਲੇ ਦੇ ਨਿਆਈ, ਜਿਸ ਵਿੱਚ ਮਾਇਆ ਦੇ ਮੋਹ ਦਾ ਪਸਾਰਾ ਪਸਰਿਆ ਹੋਇਆ। ਰੁੱਖ ਦਿਨ ਰਾਤ ਜਗਤ ਦੇ ਵਿਹਾਰਾਂ ਧੰਦਿਆਂ ਵਿੱਚ ਸੰਬੰਧੀਆਂ ਵਿੱਚ ਪ੍ਰਭਤਾ ਵਿੱਚ ਸਾਰੀ ਆਲਵਲ ਆਪਣੀ ਬਤੀਤ ਕਰ ਦਿੰਦਾ ਹੈ। ਕਿਉਂਕਿ ਅਸੁਰੀ ਸੰਪਤੀ ਦਾ ਰਾਜਾ ਮੋਹ ਹੈ, ਮੋਹ ਦੇ ਵਿੱਚ ਵਧਿਆ ਹੋਇਆ ਮਨੁੱਖ ਸੰਸਾਰੀ ਧੰਦਿਆਂ ਵਿੱਚ ਵਿਹਾਰਾਂ ਵਿੱਚ ਸਾਰੀ ਆਲਵਲਾ ਬਤੀਤ ਕਰ ਦਿੰਦਾ। ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਸਾਰਾ। ਬਿਨ ਸ਼ਬਦ ਹੈ ਭਸਮੈ ਕੀ ਢੇਰੀ, ਖੇਹੂ ਖੇਰ ਲਾਏਗਾ। ਜੇ ਗੁਰੂ ਦਾ ਉਪਦੇਸ਼ ਨਾ ਮੰਨਿਆ, ਗੁਰ ਸ਼ਬਦੀ ਗੁਰਮਤੀਆ ਨਾ ਹੋਇਆ, ਇਹ ਤਨ ਆਪਣਾ ਸੁੰਦਰ ਜੋ ਅਮੋਲਕ ਮੰਨਿਆ ਗਿਆ,
ਜੋ ਪਰਮੇਸ਼ੁਰ ਨੇ ਇੱਕ ਅਮੋਲਕ ਆਪਾਂ ਨੂੰ ਇਹ ਮਨੁੱਖਾ ਜਨਮ ਬਖਸ਼ਿਆ। ਜੇ ਗੁਰ ਸ਼ਬਦ ਹੀ ਗੁਰਮਤੀਆ ਨਾ ਹੋਇਆ, ਗੁਰੂ ਦੇ ਸਿਧਾਂਤ ਉਪਦੇਸ਼ ਤੇ ਨਾ ਚੱਲਿਆ, ਇਹ ਭਸਮ ਦੀ ਢੇਰੀ ਹੋ ਜਾਵੇਗਾ। ਭਾਵ ਜੈਸਾ ਆਇਆ ਜੈਸਾ ਨਾ ਆਇਆ, ਇਹ ਤਨ ਸੁੰਦਰ ਨਿਸਫਲ ਚਲਾ ਜਾਵੇਗਾ, ਕੋਈ ਲਾਹਾ ਨਹੀਂ। ਇਹ ਖੇ ਰੂਪ ਦੇਹ ਹੈ, ਇਸਨੂੰ ਕਾਲ ਭਗਵਾਨ ਖੇ ਵਿੱਚ ਰਲਾਉਂਦਾ ਹੈ। ਖੇ ਹੂ ਖੇ ਰਲਾਇਆ ਕਾਇਆ ਕੰਚਨ ਕੋਟ ਅਬਾਰਾ, ਜਿਸ ਵਿੱਚ ਰਵਿਆ ਸ਼ਬਦ ਅਬਾਰਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਾਇਆ ਇਹ ਤਨ ਸੁੰਦਰ ਅਪਾਰ ਕੰਚਨ ਦੇ ਕੋਟ ਦਾ ਆਕਾਰ ਹੈ। ਕੰਚਨ ਸੋਨੇ ਨੂੰ ਕਹਿੰਦੇ ਨੇ, ਸੋਨੇ ਦੀ ਵੀ ਕੀਮਤ ਹੈ ਪਰ ਇਹ ਬੇਕੀਮਤ ਹੈ। ਇਹ ਤਨ ਉੱਤਮ ਹੈ, ਸ੍ਰਿਸ਼ਟ ਹੈ, ਜਿਸ ਵਿੱਚ ਅਪਾਰ ਬ੍ਰਹਮ ਚਿੰਤਨ ਕੀਤਾ ਜਪਿਆ। ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏਗਾ। ਗੁਰਮੁਖ ਸਦੀਵੀ ਸੱਚੇ ਦੇ ਗੁਣ ਗਾਉਂਦੇ ਨੇ, ਨਾਮ ਨੂੰ ਜਪਦੇ ਨੇ, ਬੇਮੁਹਤਾਜ ਬੇਪਰਵਾਹ ਰਹਿੰਦੇ ਨੇ ਤੇ ਮਿਲ ਕੇ ਪ੍ਰੀਤਮ ਸਾਥ ਸੁਖ ਪਾਉਂਦੇ ਨੇ। ਗੁਰਮੁਖ ਉਹਨਾਂ ਨੇ ਬਖਸ਼ਿਸ਼ਾਂ ਲਈਆਂ ਨੇ। ਕਾਇਆ ਹਰ ਮੰਦਰ ਹਰ ਆਪ ਸਵਾਰੇ, ਇਸ ਵਿੱਚ ਹਰ ਜੀਉ ਵਸੈ ਮੁਰਾਰੇ। ਸਰੀਰ ਇਹ ਤਨ ਮੇਰੇ ਵਾਹੇ ਗੁਰੂ ਦਾ ਮੰਦਰ ਹੈ। ਜਿਵੇਂ ਮਨੁੱਖ ਦੁਨਿਆਵੀ ਮਹੱਲ ਬਣਾਉਂਦਾ ਹੈ ਰਹਿਣ ਲਈ, ਬੜੀਆਂ ਡੂੰਘੀਆਂ ਨੀਹਾਂ ਰੱਖਦਾ, ਬੜੀ ਮੁਸ਼ਕਤ ਘਾਲ ਕੇ ਸੁੰਦਰ ਘਰ ਬਣਾਉਂਦਾ ਜਿਸ ਵਿੱਚ ਰਹਿਣਾ, ਪਰ ਪਰਮੇਸ਼ੁਰ ਨੇ ਵੀ ਬੜਾ ਸੁੰਦਰ ਤਨ ਬਣਾਇਆ ਜਿਸ ਵਿੱਚ ਆਪ ਬੈਠਾ ਹੈ ਸੋਵੈ। ਆਪ ਰਚਿਆ ਪਰਮੇਸ਼ੁਰ ਨੇ ਪੰਜਾਂ ਤੱਤਾਂ ਦੇ ਜ਼ਰੀਏ, ਪੌਣ ਪਾਣੀ ਅਗਨੀ ਆਕਾਸ਼ ਧਰਤੀ ਇਹ ਪੰਜ ਤੱਤ, ਜਿਸ ਵਿੱਚ ਗਰੀਬ ਬਰਾਦੀ ਜੀਵ ਰੂਪ ਹੋ ਕੇ ਆਪ ਵਸਦਾ। ਸਤਿਗੁਰੂ ਪਾਤਸ਼ਾਹ ਤਾਂ ਫਰਮਾਉਂਦੇ ਨੇ ਬੋਲਦਾ ਵੀ ਆਪ, ਕੋਈ ਦੂਜਾ ਨਹੀਂ ਬੋਲਦਾ। ਸਭ ਹੈ ਘੱਟ ਰਾਮ ਬੋਲੈ, ਘੱਟ ਸਰੀਰ ਨੂੰ ਆਖਿਆ। ਸਭ ਹੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਜੀ, ਕੋਈ ਦੂਜਾ ਨਹੀਂ ਬੋਲਦਾ, ਉਹ ਆਪ ਹੀ ਬੋਲਦਾ। ਗੁਰ ਕੈ ਸ਼ਬਦ ਵਣ ਜਨ ਵਾਪਾਰੀ, ਨਦਰੀ ਆਪ ਮਿਲਾਏਗਾ। ਜਗਿਆਸੂ ਰੂਪ ਵਿਓ ਪਾ ਦੇ ਜੋ ਬਣ ਜਾ ਰਿਹਾ, ਗੁਰੂ ਉਪਦੇਸ਼ ਕਰਕੇ ਜੋ ਵਾਖੇ ਗੁਰੂ ਦੇ ਨਾਮ ਦਾ ਵਣਜ ਕਰਦੇ ਨੇ ਵਪਾਰੀ, ਤਿਹਨਾਂ ਨੂੰ ਪਰਮੇਸ਼ੁਰ ਨੇ ਆਪਣੇ ਵਿੱਚ ਮਿਲਾ ਲਏ, ਕਿਉਂਕਿ ਬਣ ਜਾ ਰਹੇ ਨੇ ਸੱਚੇ ਨਾਮ ਦੇ ਬਣ ਜਾ ਰਹੇ। ਧੰਨਵੰਤ ਨਾਮ ਕੇ ਬਣ ਜਾ ਰਹੇ, ਕਿੰਨ ਹੀ ਬਣਦੇ ਆ ਕਾਂਸੀ ਤਾਂਬਾ, ਕਿੰਨ ਹੀ ਲੌਂਗ ਸੁਪਾਰੀ। ਸੰਤ ਹੋ ਬਣਦੇ ਆ ਨਾਮ, ਗੋਬਿੰਦ ਕੈ ਸੀ ਖੇਪ ਹਮਾਰੀ। ਰੱਬ ਦੇ ਜਨਾਂ ਨੇ ਵਣਜ ਵਪਾਰ ਕਾਹਦਾ ਕੀਤਾ, ਇੱਕ ਨਾਮ ਦਾ ਕੀਤਾ, ਨਾਮ ਜਪਿਆ, ਨਾਮ ਜਪਿਆ। ਧੰਨ ਧੰਨ ਬਾਬਾ ਨਰਮ ਸਿੰਘ ਮਹਾਰਾਜ ਜੀ ਨੇ ਇੱਕ ਨਾਮ ਨੂੰ ਹੀ ਜਪਿਆ। ਅੱਜ ਸਾਰਾ ਜਗਤ ਪੂਜਦਾ, ਸੋਭਾ ਹੈ ਵਡਿਆਈ ਹੈ, ਜਗਤ ਦੇ ਪਦਾਰਥ ਚੱਲ ਕੇ ਆ ਗਿਆ, ਕਿਉਂਕਿ ਨਾਮ ਦਾ ਵੱਡਾ ਮਹੱਤਵ ਵੱਡਾ ਫਲ ਹੈ। ਜਿਸ ਨਾਮ ਦਾ ਕੋਈ ਮੁੱਲ ਹੀ ਨਹੀਂ, ਪਾਤਸ਼ਾਹ ਫਰਮਾਉਂਦੇ ਨੇ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣਦ, ਜਿੰਨਾ ਭਾਗ ਮਥਾਹੀ ਸੇ ਨਾਨਕ ਹਰ ਰੰਗ ਮਾਣ।
ਕਿਉਂਕਿ ਨਾਮ ਦੇ ਧਾਰੇ ਹੀ ਖੰਡ ਬ੍ਰਹਿਮੰਡ ਪਾਤਾਲ ਦੀਪ ਨੇ। ਨਾਮ ਦੇ ਆਸਰੇ ਨਾਮ ਪਰਮੇਸ਼ਰ ਦਾ ਨਾਮੀ ਦਾ, ਜੋ ਨਾਮ ਨੂੰ ਜਪਦਾ ਨਾਮੀ ਵਿੱਚ ਸਮਾ ਜਾਂਦਾ, ਉਹ ਸੁਤੇ ਬੇਮੋਹਤਾਜ ਬੇਪਰਵਾਹ ਹੋ ਜਾਂਦਾ, ਕਿਉਂਕਿ ਪਰਮੇਸ਼ਰ ਦਾ ਨਾਮ ਹੀ ਐਸਾ ਹੈ। ਜਗਤ ਦੇ ਪਦਾਰਥ ਚੱਲ ਕੇ ਆ ਜਾਂਦੇ ਨੇ, ਜੰਗਲ ਬੀਆ ਵਾਂਗ ਜਿਸ ਪਾਵਨ ਧਰਤੀ 'ਤੇ ਰੱਬ ਦੇ ਜਾਂਦੇ ਪਾਵਨ ਚੰਨ ਪੈ ਗਏ, ਉਹ ਧਰਤੀ ਪੂਜਣ ਯੋਗ ਹੋ ਜਾਂਦੀ ਹੈ, ਠਾੜ ਤੀਰਥ ਪਰਸਣ ਜਾਂਦਾ, ਉਹ ਬੈਕੁੰਠ ਧਾਮ ਬਣ ਜਾਂਦਾ ਹੈ। ਸਤਿਗੁਰਾਂ ਦੇ ਪਾਵਨ ਬਚਨ ਵੀ ਨੇ, ਬੈਕੁੰਠ ਨਗਰ ਜਾਂ ਸੰਤ ਵਾਸਾ, ਉਹ ਬੈਕੁੰਠ ਧਾਮ ਹੈ, ਨਗਰ ਹੈ, ਜਿੱਥੇ ਰੱਬ ਦੇ ਜਨਾਂ ਦਾ ਵਾਸਾ ਹੈ, ਜਿੱਥੇ ਇੱਕ ਨਾਮ ਦੀ ਹੀ ਗੱਲ ਹੈ, ਕੋਈ ਦੂਜੀ ਨਹੀਂ। ਬੈਕੁੰਠ ਨਗਰ ਜਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹੀ ਨਵਾਸਾ, ਬਖਸ਼ਿਸ਼ਾਂ ਮਿਲਦੀਆਂ ਨੇ ਐਸੀ ਸੰਗਤ ਵਿੱਚ, ਐਸੇ ਧਾਮ ਵਿੱਚ ਆ ਕੇ, ਜਿੱਥੇ ਸੰਤਾਂ ਦੀ ਮੰਡਲੀ, ਸੰਤਾਂ ਦੀ ਸਭਾ। ਪਾਤਸ਼ਾਹ ਫਰਮਾਉਂਦੇ ਨੇ, ਸੰਤ ਮੰਡਲ ਮੈਂ ਖਾਦ ਮਨ ਵਸੈ, ਸੰਤਾਂ ਦੀ ਮੰਡਲੀ ਵਿੱਚ ਆ ਕੇ ਸੁਤੇ ਮਨ ਕਹਿੰਦਾ ਮਨਾ ਜਪਣਾ ਹੈ, ਸੰਤ ਮੰਡਲ ਮੈਂ ਦੁਲਤ ਸਭ ਨਸੈ, ਖੋਟੀ ਮਤ ਛੱਡ ਕੇ ਚਲੀ ਜਾਂਦੀ ਹੈ। ਵੱਡੀਆਂ ਬਖਸ਼ਿਸ਼ਾਂ ਸੰਗਤ ਕਰਨੀ ਉਹ ਹੈ ਚੰਗੀ, ਧੰਨ ਧੰਨ ਬਾਬਾ ਵਿਸ਼ਵ ਸਿੰਘ ਮਹਾਰਾਜ ਜੀ ਨੇ ਪਾਵਨ ਬਚਨ ਕਰਨੇ, ਜਿੱਥੇ ਆਪਣਾ ਮਨ ਜੁੜ ਜਾਵੇ, ਸਭ ਕੁਝ ਭੁੱਲ ਜਾਵੇ, ਉੱਥੇ ਸਮਝੋ ਇਹ ਜੀਵਨ ਸਫਲ ਹੈ ਆਪਣਾ। ਸੰਗਤ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜੇ ਦੁਨੀਆ ਭੁੱਲ ਜੇ, ਉੱਥੇ ਜੀਵਨ ਸਫਲ ਹਮਾਰਾ, ਜੀਵਨ ਸਫਲ ਹੈ ਕਿਉਂਕਿ ਮਨ ਜੁੜ ਗਿਆ। ਸੱਚੀ ਦੀ ਯਾਦ ਚਿੰਤਨ ਵਿੱਚ ਸਾਰੇ ਦੁੱਖ ਹੀ ਭੁੱਲ ਗਏ, ਸਾਰੀਆਂ ਚਿੰਤਾਵਾਂ ਵਾਸ਼ਨਾਵਾਂ ਰਿਸ਼ਨਾਵਾਂ ਦੂਰ ਹੋ ਗਏ, ਕਿਉਂਕਿ ਸੱਚੇ ਦੀ ਸੰਗਤ ਵਿੱਚ ਜੋ ਆਇਆ ਇਹ ਰੰਗ ਲੰਘਦਾ ਹੈ। ਗੁਰ ਕੈ ਸ਼ਬਦ ਵਣ ਜਨ ਵਾਪਾਰੀ, ਨਦਰੀ ਆਪ ਮਲਾਇਆ, ਸੋ ਸੋਚਾ ਜੇ ਕ੍ਰੋਧ ਰਵਾਰੇ, ਸ਼ਬਦੇ ਬੂਜੈ ਆਪ ਸਵਾਰੇ। ਜੋ ਕ੍ਰੋਧ ਪੰਡਾਲ ਹੈ, ਜੋ ਕ੍ਰੋਧ ਨੂੰ ਨਵਾਰੇ, ਉਸਨੂੰ ਵੀ ਸਤਿਗੁਰੂ ਸੂਰਮਾ ਕਹਿੰਦੇ ਨੇ, ਕਿਉਂਕਿ ਇਹ ਵੱਡੇ ਬਲੀ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਬੜੇ ਬਲੀ ਯੋਧੇ ਨੇ, ਪੰਜੇ ਵਿਕਾਰ, ਜਿਨ੍ਹਾਂ ਨੇ ਇਹਨਾਂ 'ਤੇ ਫਤਿਹ ਪਾ ਲਈ, ਉਹ ਵੱਡਾ ਸੂਰਮਾ ਹੀ ਪਾਵੇਗਾ ਦੂਜਾ। ਪਾਤਸ਼ਾਹ ਦੇ ਪਾਵਨ ਬਚਨ ਵੀ ਨੇ, ਉਹ ਕਲਯੁਗ ਦੇ ਵਿੱਚ ਪੂਰਨ ਸੰਤ ਭਗਤ ਗੁਰਮੁਖ ਹੈ, ਪੂਰਨ ਹੈ, ਜਿਨ ਮਿਲ ਮਾਰੀ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਵਦਾਰ ਗੁਦਾਰੀ, ਸੋ ਪੂਰਾ ਇਹ ਕਲੀ ਰੇ। ਉਹ ਕਲਯੁਗ ਵਿੱਚ ਪੂਰਨ ਸੰਤ ਭਗਤ ਉਹੀ, ਕੋਈ ਦੂਜਾ ਨਹੀਂ, ਜਿਨ੍ਹਾਂ ਨੇ ਪੰਜਾਂ 'ਤੇ ਫਤਿਹ ਪਾ ਲਈ। ਪਾਤਸ਼ਾਹ ਫਰਮਾਉਂਦੇ, ਉਹ ਸੂਰਮਾ ਹੈ ਜੋ ਇਹਨਾਂ ਨੂੰ ਨਵਾਰੇ, ਗੁਰੂ ਉਪਦੇਸ਼ ਨੂੰ ਸਮਝ ਕੇ ਆਪਣੇ ਆਪ ਨੂੰ ਸਵਾਰੇ, ਆਪ ਸਵਾਰ ਹੀ ਮੈਂ ਮਿਲੇ, ਮੈਂ ਮਿਲਿਆ ਸੁੱਖ ਸਫਲ ਨਿਰਮਲ ਪਾਪ ਰਹਿਤ ਕਰੇ, ਇਸ ਤਨ ਪਾਪਾਂ ਤੋਂ ਨਿਰਮਲ, ਸੰਕਲਪ ਵਿਕਲਪ ਜੋ ਫੁਰਨੇ ਫੁਰਦੇ ਨੇ, ਨਿਰਵਿਕਲਪ ਸਮਾਧੀ ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏਗਾ। ਜੋ ਆਪ ਸੰਸਾਰ ਨੂੰ ਕਰਨ ਖਾਰ ਮੇਰਾ ਵਾਹੀ ਗੁਰੂ ਕਰਤਾ ਹੈ, ਜਗਤ ਦਾ ਕਰਤਾ, ਕਰਮ ਵੀ ਆਪ ਕਰਾਉਂਦਾ ਹੈ, ਮਨੁੱਖ ਆਪਣੇ ਆਪ ਨਹੀਂ ਕਰਦਾ।
ਕਿਉਂਕਿ ਉਸ ਪਰਮਾਤਮਾ ਦਾ ਨਿਯਮ ਤੇ ਮਰਿਆਦਾ ਉਹ ਕਰਮ ਫਲ ਪ੍ਰਦਾਤਾ ਹੈ। ਜੈਸੀ ਆਪਾਂ ਪਿਛਲੀਆਂ ਜਨਮਾਂ ਵਿੱਚੋਂ ਕਰਮ ਕੀਤੇ ਨੇ ਉਹਦੇ ਉਹ ਸਜ਼ਾ ਵੀ ਦੇਣੀ ਹੈ, ਕਿਉਂਕਿ ਸਵੈਮ ਉਹ ਕਰਮ ਕੀਤੇ ਨੇ, ਉਹ ਕਰਮ ਫਿਰ ਕਰਾਉਂਦਾ ਹੈ, ਫਿਰ ਸਜ਼ਾਵਾਂ ਦਾ ਮਨੁੱਖ ਹੱਕਦਾਰ ਵੀ ਹੁੰਦਾ ਹੈ। ਕਿਉਂਕਿ ਪਰਿਪੂਰਨ ਪਰਮਾਤਮਾ ਦਾ ਨਿਯਮ ਤੇ ਮਰਿਆਦਾ ਉਹ ਕਰਮ ਫਲ ਪ੍ਰਦਾਤਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸਨਾ ਦੀ ਜੈ ਅਵਰ ਜਨਾ। ਆਪਾਂ ਦੋਸ਼ ਨਹੀਂ ਦੇ ਸਕਦੇ ਕਿਉਂਕਿ ਸਵੈਮ ਆਪਾਂ ਕਰਮ ਦਾ ਬੀਜ ਤਨ ਰੂਪੀ ਧਰਤੀ ਵਿੱਚ ਬੀਜਿਆ, ਉਹ ਵੱਢਿਆ ਤੇ ਖਾਂਦਾ ਹੈ। ਆਪੇ ਬੀਜ ਆਪੇ ਹੀ ਖਾਓ, ਲੋਕ ਬੀਜ ਬੀਜਦਾ ਹੈ ਜਗਤ ਵਿੱਚ, ਦੁੱਖ ਫਲਾਂ ਦੇ ਬੂਟੇ ਅਨੇਕਾਂ ਉਸਨੂੰ ਖਾਂਦੇ ਨੇ। ਪਰ ਇਹ ਕੈਸਾ ਬੀਜ ਹੈ ਜੋ ਤਨ ਰੂਪੀ ਧਰਤੀ ਵਿੱਚ ਬੀਜਿਆ, ਉਹ ਸਵੈਮ ਵੱਢਣਾ ਪੈਂਦਾ, ਉਹ ਦੂਜਾ ਨਹੀਂ ਪਾਉਂਦੇ। ਅਹਿਕਾਰ ਕਰੇ ਸੋ ਅਹਿਕਾਰ ਪਾਏ, ਕੋਈ ਨਾ ਪਕੜੀਏ ਕਿਸ ਹੈ ਖਾਏ। ਜੋ ਕਰੇਗਾ ਉਹੀ ਪਾਵੇਗਾ, ਜਿਸ ਹੱਥ ਨਾਲ ਕੀਤਾ ਉਸਨਾਂ ਨੂੰ ਹੱਥ ਨੂੰ ਸਜ਼ਾ ਮਿਲੇਗੀ, ਕਿਉਂਕਿ ਨਿਯਮ ਇਹ ਮਰਿਆਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਕਿਉਂਕਿ ਕਲ ਯੁੱਗ ਦੇ ਯੁੱਗ ਨੂੰ ਉੱਤਮ ਯੁੱਗ ਵੀ ਮੰਨਿਆ ਗਿਆ, ਪਿਛਲੀਆਂ ਯੁੱਗਾਂ ਵਿੱਚ ਇੱਕ ਨੇ ਪਾਪ ਕਰਨਾ ਸਾਰੇ ਦੇਸ਼ ਨੂੰ ਸਜ਼ਾ, ਪਿਤਰੀਤੇ ਵਿੱਚ ਇੱਕ ਨੇ ਕਰਨਾ ਸਾਰੇ ਨਗਰ, ਫਿਰ ਇੱਕ ਨਹੀਂ ਕਰਨਾ ਸਾਰੀ ਕੁੱਲ ਨੂੰ, ਤੇ ਕਲਯੁੱਗ ਵਿੱਚ ਜੋ ਸਵੈਮ ਕਰੇਗਾ ਉਹੀ ਭੋਗੇਗਾ ਗੁਰੂ ਜੀ, ਕਿਉਂਕਿ ਉੱਤਮ ਯੁੱਗ ਕਲਯੁੱਗ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨੇ ਉਪਦੇਸ਼ ਫਰਮਾਉਂਦੇ ਨੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ। ਵਾਹਿਗੁਰੂ ਜੋ ਆਪ ਮਨ ਵਿੱਚ ਵਸਾਉਂਦਾ ਉਹ ਮੁਕਤ ਹੋ ਜਾਂਦਾ। ਨੈਰਾ ਵਲ ਭਗਤ ਹੈ ਨੈਰਾਲੀ, ਮਨ ਤਨ ਧੋਵੇ ਸ਼ਬਦ ਵਿਚਾਰੀ। ਨਿਰਮਲ ਕਰਨ ਵਾਲੀ, ਮਲ ਵਖੇਪਾ ਵੰਡ ਤੋਂ ਰਹਿਤ ਕਰਨ ਵਾਲੀ ਭਗਤੀ ਸਭ ਤੋਂ ਨਿਰਾਲੀ ਹੈ ਪਿਆਰੀ। ਭਗਤਾਂ ਦੀ ਸੰਸਾਰੀਆਂ ਨਾਲ ਬਣ ਵੀ ਨਹੀਂ ਆਉਣੀ, ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਇਆ। ਇਹ ਜੋੜ ਨਹੀਂ ਕਦੇ ਆਉਂਦਾ, ਕਿਉਂਕਿ ਭਗਤ ਪਰਮੇਸ਼ਰ ਦੇ ਸਨਮੁਖ ਰਹਿੰਦੇ ਨੇ, ਮਿਲੇ ਹੁੰਦੇ। ਐਸੀ ਭਗਤੀ ਜਿਹਦੇ ਹਿਰਦੇ ਵਿੱਚ ਹੈ, ਰਾਲੀ ਭਗਤੀ, ਉਹ ਗੁਰੂ ਉਪਦੇਸ਼ ਨੂੰ ਵਿਚਾਰ ਕੇ ਮਨ ਤੇ ਤਨ ਨੂੰ ਧੋਂਦਾ, ਭਾਵ ਸ਼ੁੱਧ ਕਰ ਲੈਂਦਾ। ਮਨ ਤਨ ਧੋਵੇ ਸ਼ਬਦ ਵਿਚਾਰੇ, ਆਨੰਦ ਸਦਾ ਰਹੇ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਗਾ। ਰਾਤ ਦਿਨ ਸਦੀਵੀ ਆਨੰਦ ਵਿੱਚ ਰਤਿਆ ਰਹਿੰਦਾ ਹੈ ਨਾਮ ਜਪਣ ਵਾਲਾ ਪਿਆਰਾ। ਉਹ ਆਪ ਤਾਂ ਭਗਤੀ ਵਿੱਚ ਰਤਿਆ, ਨਾਮ ਨੂੰ ਜਪਦਾ ਨਿੱਤ ਦਾ ਨੇਮੀ, ਜੋ ਉਹਦੇ ਸਾਥੀ ਨੇ, ਸੰਗੀ ਨੇ, ਮਿੱਤਰ ਨੇ, ਤਿੰਨਾਂ ਭਰ ਵੀ ਕਿਰਪਾ ਕੇ ਭਗਤੀ ਕਰਾਉਂਦਾ ਕਿ ਪਿਆਰੀ ਉਹ ਨਾਮ ਜਪੋ। ਬੰਦਗੀ ਵਿੱਚ ਜੁੜੋ, ਇਹ ਅਮੋਲਕ ਜਨਮ ਦਾ ਲਾਹਾ ਲੈ ਲਵੋ, ਪ੍ਰਾਣੀ ਤੂੰ ਆਇਆ ਲਾਹਾ ਲੈ। ਲੱਗਾ ਕਿਤ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਤੇਰੀ ਆਲਬਲਾ ਘਟਦੀ ਜਾ ਰਹੀ, ਇਸ ਅਮੋਲਕ ਜਨਮ ਦਾ ਪਿਆਰਿਆ ਲਾਹਾ ਲੈ ਲੈ। ਉਹ ਰੱਬ ਦਾ ਪਿਆਰਾ ਜਪਦਾ ਤੇ ਜਪਾਉਂਦਾ ਹੈ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਸੁਖ ਪਲਰ ਤਿਆਗ ਮਹਾ ਦੁੱਖ ਪਾਵੈ। ਇਸ ਮਨੁੱਖ ਦੇਹੀ ਦੇ ਵਿੱਚ
ਸਰੋਵਣੀ ਮੰਦਰ ਵਿੱਚ ਮਨ ਧਾਮਦਾ ਫਿਰਦਾ, ਖਿਨ ਮਾਸਾ ਖਿਨ ਤੋਲੇ, ਆਪਣਾ ਮਨ ਬੜਾ ਧਾਮਦਾ, ਆਪਾਂ ਬੈਠੇ ਸੰਗਤ ਵਿੱਚ ਹਾਂ, ਮਨ ਆਉਣ ਵਾਲੇ ਸਮੇਂ ਵਿੱਚ ਚਲਾ ਜਾਂਦਾ ਹੈ, ਭੂਤ ਕਾਲ ਵਰਤਮਾਨ ਕਾਲ ਵਿੱਚ ਸੁਤੇ ਤੁਰਿਆ ਕਰਦਾ ਹੈ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਇਹ ਲੋਭੀ ਜੀਅੜਾ ਥਿਰ ਨਾ ਰਹਿੰਦਾ, ਚਾਰੇ ਕੁੰਟਾਂ ਕਰਦਾ। ਐਸਾ ਮਨ ਹੈ ਬੜੀ ਮਨ ਦੀ ਰਫਤਾਰ ਹੈ। ਇਸ ਮਨ ਮੰਦਰ ਮਹਿ ਮਨੁਆ ਧਾਵੈ, ਮਨ ਮੰਦਰ ਵਿੱਚ ਮਨ ਧਾਮਦਾ ਫਿਰਦਾ ਹੈ, ਬੜਾ ਚੰਚਲ। ਸਤਿਗੁਰਾਂ ਦੇ ਸ੍ਰੀ ਅਨੰਦ ਸਾਹਿਬ ਵਿੱਚ ਵੀ ਪਾਵਨ ਬਚਨ ਨੇ, ਇਹ ਮਨ ਚੰਚਲਾ ਚੁਤਰਾਈ ਕਿਨੇ ਨਾ ਪਾਇਆ, ਚੁਤਰਾਈਆਂ ਨਾਲ ਨਹੀਂ ਮਿਲਦਾ ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੀ ਪਾਤਸ਼ਾਹ ਫਰਮਾਉਂਦੇ ਨੇ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਹਲਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛਦਾ, ਆਤਮ ਸੁੱਖ ਖਾਲੀ ਜਾਣ ਕੇ ਤਿਆਗਦਾ, ਪਤਾ ਹੀ ਨਹੀਂ ਸੋਝੇ ਨਹੀਂ ਕਿਉਂਕਿ ਅਗਿਆਨ ਅਵਿਦਿਆ ਵਿੱਚ ਰਜਿਆ। ਸੁੱਖ ਪੱਲਤ ਤਿਆਗ ਮਹਾਂ ਦੁੱਖ, ਇਸ 'ਤੇ ਨਰਕਾਂ ਦੇ ਫਿਰ ਭਿਆਨਕ ਦੁੱਖ ਪਾਉਂਦਾ। ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ, ਆਪੇ ਖੇਲ ਖਲਾਏਗਾ। ਸਤਿਗੁਰੂ ਮਿਲਿਆ ਬਿਨਾਂ ਸੁੱਖ ਵਿੱਚ ਠਹਿਰਨਾ ਨਹੀਂ ਪਾਉਂਦਾ, ਬਿਨਾਂ ਗੁਰੂ ਤੋਂ, ਬਿਨਾਂ ਉਪਦੇਸ਼ ਤੋਂ। ਸਤਿਗੁਰੂ ਨੂੰ ਇਹ ਮਿਲੇ ਤੋ ਐਸਾ ਨਿਹਚਾ ਹੋ ਜਾਂਦਾ ਕਿ ਆਪ ਹੀ ਪਰਮਾਤਮਾ ਸਭ ਖੇਲ ਕਰਾਉਂਦਾ, ਕਿਉਂਕਿ ਗੁਰੂ ਨੂੰ ਮਿਲਿਆ, ਕਿਉਂਕਿ ਖੇਲ ਵਧਾਤਾ ਨੇ ਰਚਿਆ ਹੈ। ਬਾਜੀ ਦਾ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ, ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹ ਪਰਮੇਸ਼ੁਰ ਨੇ ਖੇਲ ਰਚਿਆ, ਖੇਲ ਨੂੰ ਰਚ ਰਚ ਕੇ ਦੇਖਦਾ ਸੁਣਦਾ ਹੈ, ਜੋ ਜੀ ਪ੍ਰੀਤਮ ਦਾ ਖੇਲ ਹੈ ਪਾਤਸ਼ਾਹ ਫਰਮਾਉਂਦੇ ਨੇ। ਇਸ ਜੀਵ ਨੂੰ ਜੇ ਕੁਛ ਵਸ ਨਹੀਂ, ਕਿਉਂਕਿ ਕਰਨ ਖਾਲ ਤਾਂ ਪਰਮੇਸ਼ੁਰ ਹੈ, ਕਹੋ ਮਾਨੁੱਖ ਤੇ ਕਿਆ ਹੋਇਆ, ਜੋ ਤਿਸ ਭਾਵੈ ਸੋਈ ਕਰਾ। ਆਪ ਅਪਰੰਪਰ ਆਪ ਵਿਚਾਰੀ, ਆਪੇ ਵੇਲੇ ਕਰਨੀ ਸਾਰੀ। ਆਪ ਅਪਰੰਪਰ ਆਪ ਵਿਚਾਰੀ, ਆਪੇ ਵੇਲੇ ਕਰਨੀ ਸਾਰੀ। ਆਪ ਹੀ ਬ੍ਰਹਮਾ ਵਿਸ਼ਨ ਮਹੇਸ਼ ਦੀ ਪਰੇ, ਆਪ ਹੀ ਇਹ ਵਿਚਾਰ ਕਰਨ ਵਾਲਾ ਵਾ, ਆਪ ਹੀ ਜੀਵ ਨੂੰ ਉੱਤਮ ਕਰਨੀ ਦੇ ਕੇ ਮੇਲ ਲੈਂਦਾ। ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਿਲਾਏਗਾ। ਕਿਆ ਕੋਈ ਵਿਚਾਰਾ ਇਸੀ ਕਿਸੀ ਕਾਰਨ, ਜੀਵ ਦੇ ਅਧੀਨ ਕੁਝ ਵੀ ਨਹੀਂ ਹੈ ਪਿਆਰਿਆ, ਜਿਸਨੂੰ ਆਪ ਹੀ ਬਖਸ਼ਦਾ ਤੇ ਇਸਨੂੰ ਆਪਣੇ ਵਿੱਚ ਮਿਲਾ ਲੈਂਦਾ। ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂ ਵੱਲ ਸੂਰਾ। ਪਾਤਸ਼ਾਹ ਫਰਮਾਉਂਦੇ ਨੇ ਆਪ ਹੀ ਪੂਰਾ ਸਤਿਗੁਰੂ ਸੱਚੇ ਉਪਦੇਸ਼ ਵਿੱਚ ਵੇਲ ਲੈਂਦਾ ਹੈ, ਬੁਲਾਉਂਦਾ ਆਪ ਹੈ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਾ ਸੀਠ, ਬੁਲਾਉਂਦਾ ਹੈ ਵਿਛੜਿਆ ਸੱਚੇ ਉਪਦੇਸ਼ ਤੇ। ਜਗਿਆਸੂ ਮਹਾਂ ਬਲ ਵਾਲਾ ਸੂਰਮਾ ਹੋ ਜਾਂਦਾ। ਆਪੇ ਵੇਲੇ ਦੇ ਵੜਿਆਈ, ਸੱਚੇ ਸਿਉਂ ਚਿਤ ਲਾਏਗਾ। ਜੋ ਸੱਚੇ ਸਿਉਂ ਇਹ ਸਰੀਤੀ ਕਰਕੇ ਚਿਤ ਲਾਉਂਦਾ ਤੇ ਇਹਨੂੰ ਵਡਿਆਈ ਦੇ ਕੇ ਆਪਣੇ ਮੇਲ ਵਿੱਚ ਵਾਹਿਗੁਰੂ ਆਪ ਬੁਲਾਉਂਦਾ। ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਬਿਰਲਾ ਬੂਝੈ ਕੋਈ।
ਇਸ ਤਨ ਦੇ ਅੰਦਰ ਹੀ ਸੱਚਾ ਹੈ। ਕੋਈ ਗੁਰਮੁਖ ਵਿਰਲਾ ਹੀ ਇਸ ਬਾਤ ਨੂੰ ਸਮਝਦਾ ਹੈ। ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਇਂਦਾ। ਜੇ ਘਟ ਦੇ ਵਿੱਚ ਰਾਮ ਨਾਮ ਰੂਪ ਨਿਧੀਆਂ ਦਾ ਘਰ ਵਸਿਆ, ਰਸਨਾ ਦੁਆਰੇ ਵੀ ਨਾਮ ਨੂੰ ਜਪਦਾ ਹੈ। ਦਸਾਂਤਰ ਭਵੈ ਅੰਤਰ ਨਹੀਂ ਪਾਲ, ਮਾਇਆ ਮੋਏ ਵਧੇ ਜਮ ਕਾਲ। ਪਾਤਸ਼ਾਹ ਬਚਨ ਕਹਿੰਦੇ ਨੇ ਦਸਾਂਤਰ ਭਵੈ ਅੰਤਰ ਨਹੀਂ ਪਾਲ, ਮਾਇਆ ਮੋਹੇ ਵਧਾ ਜਮ ਕਾਲੇ। ਮਨਮੁੱਖ ਦੇ ਸੰਤਨਾ ਵਿੱਚ ਫਿਰਦਾ ਹੈ, ਅੰਦਰ ਨਹੀਂ ਢੋਣਦਾ, ਮਾਇਆ ਦੇ ਮੋਹ ਵਿੱਚ ਲੱਗਿਆ ਹੈ। ਇਸ 'ਤੇ ਜਮਕਾਲ ਧਰਤਾ ਨੇ ਬੰਨ੍ਹ ਲਿਆ ਮਨ। ਜਮ ਕੀ ਵਾਸੀ ਕਬ ਹੋਣਾ ਟੂਟ, ਦੂਜੇ ਭਾਏ ਪਰਵਾਏਂਦਾ। ਜੋ ਮਨ ਨੂੰ ਦੂਜੇ ਭਾਵ ਵਿੱਚ ਭਰਮਾਉਂਦਾ ਹੈ, ਤੇ ਗਲ ਤੇ ਜਮਾਂ ਦੀ ਫਾਸੀ ਕਦੇ ਟੁੱਟਦੀ ਨਹੀਂ ਪਿਆਰੀ। ਜਮ ਕੀ ਫਾਸੀ ਕਬ ਹੋ ਨਾ ਤੂੰ ਦੂਜੇ ਭਾਏ ਪਰਮਾਏ, ਪਾਤਸ਼ਾਹ ਪਰਮਾਉਂਦੇ। ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨੌਕ ਮਾਹੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ, ਭਾਵੇਂ ਤੂੰ ਬੜਾ ਜਪ ਤਪ ਸੰਜਮੀ ਵੀ ਹੋ ਜਾ, ਬੜੇ ਸਾਧਨ ਕਰ, ਤੇਰੀ ਸਹਾਇਤਾ ਨਹੀਂ ਕਰ ਸਕਦੇ ਸਾਧਨ ਜਪ ਤਪ। ਸਤਿਗੁਰੂ ਕਹਿ ਰਹੇ ਨੇ ਜਪ ਤਪ ਸੰਜਮ ਹੋਰ ਕੋਈ ਨਾ, ਜਬ ਲਗ ਗੁਰ ਕਾ ਸ਼ਬਦ ਨਾ ਗਵਾ। ਜਿਤਨਾ ਚਿਰ ਤੂੰ ਇਹ ਜੀ ਪਿਆਰੀ ਉਹ ਗੁਰੂ ਦਾ ਉਪਦੇਸ਼ ਨਾ ਕਮਾਵੇ, ਨਾ ਮੰਨੇ ਗੁਰ ਸ਼ਬਦੀ ਗੁਰਮਤੀਆ ਨਾ, ਤਬ ਤੱਕ ਜਪ ਤਪ ਸੰਜਮ ਹੋਰ ਕੋਈ ਵੀ ਸਾਧਨ ਜੀਵ ਦੀ ਸਹਾਇਤਾ ਨਹੀਂ ਕਰ ਸਕਦਾ। ਇਹ ਨਿਜਮ ਮਰਿਆਦਾ, ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏਗਾ। ਜੋ ਗੁਰੂ ਦੇ ਉਪਦੇਸ਼ ਦੇ ਸਾਥ ਮਿਲਿਆ ਤੇ ਉਸਨੇ ਸੁੱਖ ਪਾਇਆ, ਉਸੀ ਸੱਚੇ ਉਪਦੇਸ਼ ਕਰਕੇ ਸੱਚ ਪਰਮੇਸ਼ਰ ਵਿੱਚ ਸਮਾ ਜਾਂਦਾ। ਕਾਮ ਕ੍ਰੋਧ ਸਬਲ ਸੰਸਾਰਾ, ਬਹੁ ਕਰਮ ਕਮਾਵੇ ਸਭ ਦੁੱਖ ਕੋ ਸਾਰਾ। ਕਾਮ ਕ੍ਰੋਧ ਮੋਹ ਕਰ ਵਿਸ਼ੇ, ਸੰਸਾਰ ਵਿੱਚ ਬਲ ਦੇ ਸਹਿਤ ਨੇ ਪੰਜੇ ਵਿਕਾਰ, ਬੜੇ ਬਲਵਾਨ ਨੇ, ਬਹੁਤ ਕਰਮ ਕਮਾਉਂਦੇ ਨੇ, ਉਸ ਕੰਮ ਕਰਮ ਸਭ ਦੁੱਖ ਰੂਪ ਦਾ ਹੀ ਵਸਾਰਾ। ਬਹੁ ਕਰਮ ਕਮਾਵੇ ਸਭ ਦੁੱਖ ਕਾ ਵਸਾਰਾ, ਦੁੱਖ ਦਾ ਵਸਾਰਾ ਬਣਾ, ਕਿਉਂਕਿ ਇਹ ਪੰਜੇ ਵਿਕਾਰ ਸੰਸਾਰ ਵਿੱਚ ਬਲਦੇ ਸਹਿਤ ਫਿਰਦੇ। ਸਤਿਗੁਰ ਸੇਵੇ ਸੇ ਸੁਖ ਪਾਵ, ਸੱਚੇ ਸ਼ਬਦ ਮਿਲਾਏਂਦਾ। ਜੋ ਸਤਿਗੁਰੂ ਦੇ ਸੱਚੇ ਉਪਦੇਸ਼ ਨੂੰ ਜਪਦੇ ਨੇ, ਤਿੰਨਾਂ ਨੂੰ ਸੱਚੇ ਉਪਦੇਸ਼ ਕਰਕੇ ਪਰਮੇਸ਼ੁਰ ਦੇ ਆਪਣੇ ਵਿੱਚ ਮਿਲਾਉਂਦਾ, ਉਹ ਸੁੱਖ ਪਾਉਂਦੇ ਨੇ। ਪੌਣ ਪਾਣੀ ਹੈ ਵੈ ਸੰਤ, ਵਾਇਆ ਮੋ ਵਗ ਤੈ ਸਭ ਅੰਤ। ਪੌਣ ਪਾਣੀ ਅਗਨੀ ਇਤਿਹਾਸਿਕ ਸਭ ਦੇਵਤਿਆਂ ਦੇ ਅੰਦਰ ਮਾਇਆ ਦਾ ਮੋਹ ਵਰਤ ਰਿਹਾ। ਜੇ ਨ ਕੀਤੇ ਜਾਤ ਸਹਿ ਪਛਾਣ,
ਮਾਇਆ ਮੋਹ ਜੁਗਾਏਗਾ। ਨਹੀਂ, ਇਹ ਉਤਪਤ ਕੀਤੇ ਨੇ ਉਹ ਪੁਰਸ਼ ਜਿਸ ਨੂੰ ਪਹਿਚਾਣੇ ਉਹ ਮਾਇਆ ਦੇ ਮੋਹ ਨੂੰ ਚੁਕਾ ਦਿੰਦਾ। ਇੱਕ ਮਾਇਆ ਮੋਹੇ ਗਰਭ ਵਿਆਪੇ ਹੋ ਮੈਂ ਹੋਏ ਰਹੇ ਹੈ ਆਪੇ। ਇੱਕ ਜੀਵ ਮਾਇਆ ਦੇ ਮੋਹ ਕਰਕੇ ਹੰਕਾਰ ਵਿੱਚ ਪਿਆ ਗਿਆ ਨੇ। ਮਾਇਆ ਧਾਰੀ ਅਤਦਾਨਾਂ 'ਤੇ ਬੋਲਾ ਹੋ ਜਾਂਦਾ, ਬੜਾ ਹੰਕਾਰ ਕਰਦਾ। ਬਾਦਸ਼ਾਹ ਫਰਮਾਉਂਦੇ ਹੁੰਦੇ ਹੋਮੇ ਹੋਏ ਰਹੇ ਹੈ ਆਪੇ, ਹੋਮੇ ਕਰਕੇ ਆਪ ਹੀ ਹੰਕਾਰੀ ਹੋ ਰਹੇ, ਆਪਣੇ ਤੁਲ ਕਿਸੇ ਨੂੰ ਗਿਣਦੇ ਨੇ। ਪਰ ਪਾਤਸ਼ਾਹ ਫਰਮਾਉਂਦੇ ਨੇ ਜਮ ਕਾਲ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏਗਾ। ਜਮ ਜੋ ਕਾਲ ਕਰਦਾ ਤਿਸਦੀ ਜਿਸਨੇ ਖਬਰ ਹੀ ਨਹੀਂ ਪਾਈ ਉਹ ਅੰਤ ਨੂੰ ਪਲੋਗ ਵਿੱਚ ਗਿਆ ਪਛਤਾਉਂਦਾ। ਜੇ ਨੇ ਉਪਾਏ ਸੋ ਵਿਦ ਜਾਣ ਗੁਰਮੁਖ ਦੇਵੈ ਸ਼ਬਦ ਪਛਾਣ। ਤੇ ਜੀਉ ਪਾਏ ਨੇ ਸਾ ਜਿਹਨਾਂ ਦੀ ਵਿਧੀ ਸੋਈ ਜਾਣਦਾ, ਜਿਹਨਾਂ ਨੂੰ ਗੁਰਮੁਖ ਉੱਤਮ ਉਪਦੇਸ਼ ਦਿੰਦੇ ਨੇ ਸੋ ਆਪਣੇ ਆਪ ਨੂੰ ਪਹਿਚਾਣਦੇ ਨੇ। ਨਾਨਕ ਦਾਸ ਕਹਿ ਬੇਨੰਤੀ ਸਚ ਨਾਮ ਚਿਤ ਲਾਏਗਾ। ਮੈਂ ਦਾਸ ਆਪ ਦੇ ਅੱਗੇ ਬੇਨਤੀ ਕਰਦਾ ਕਿ ਸੱਚੇ ਨਾਮ ਮੈਂ ਆਪ ਦੇ ਵਿੱਚ ਚਿੱਤ ਨੂੰ ਲਾਉਂਦਾ ਰਹਾਂ। ਨਾਨਕ ਦਾਸ ਕਹਿ ਬੇਨਤੀ ਸੱਚ ਨਾਮ ਚਿੱਤ ਲਾਉਂਦਾ। ਮਾਰੂ ਮਹਲਾ ਤੀਜਾ ਆਦ ਜੁਗਾਦ ਦਇਆ ਪਤ ਦਾਤਾ ਊਰੈ ਗੁਰ ਕੈ ਸ਼ਬਦ ਪਛਾਤਾ। ਸਦੀਵੀ ਸਦਾ ਸਦਾ ਤੂੰ ਸਰਬ ਜੀਆਂ ਦਾ ਦਾਤਾ, ਹੇ ਪਤੀ ਪਰਮੇਸ਼ਰ ਮੇਰੇ ਪਰ ਦਇਆ ਕਰ, ਕਹਿੰਦਾ ਮੇਰੇ ਕੋ ਮੇਲ ਕਰਾ ਜਿਨ੍ਹਾਂ ਨੇ ਪੂਰੇ ਗੁਰੂ ਦੇ ਉਪਦੇਸ਼ ਕਰਕੇ ਤੈਨੂੰ ਪਹਿਚਾਣਿਆ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਪਤੀ ਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ ਦੇ। ਤੁਧ ਨਉ ਸੇਵੈ ਜੇ ਤੁਜੈ ਸੁਭਾਵ, ਤੁਧ ਨਉ ਸੇਵੈ ਸੇ ਤੁਜੈ ਸੁਭਾਵ, ਤੂੰ ਆਪੇ ਮੇਲ ਮਿਲਾਏਗਾ। ਹੇ ਮੇਰੇ ਵਾਹਿਗੁਰੂ ਜੋ ਤੈਨੂੰ ਜਪਦੇ ਇਹਦੀ ਯਾਦ ਚਿੰਤਨ ਵਿੱਚ ਜੁੜਦੇ ਨੇ ਤੇਰੇ ਵਿੱਚ ਸਮਾ ਜਾਂਦੇ, ਤੂੰ ਆਪ ਹੀ ਤਿੰਨਾਂ ਨੂੰ ਪਹਿਲੇ ਆਪਣੇ ਸਤ ਸੰਗ ਵਿੱਚ ਬੁਲਾਉਂਦਾ। ਇਹ ਬਖਸ਼ਿਸ਼ਾਂ ਨੇ ਮੇਰੇ ਵਾਹਿਗੁਰੂ ਜਿਨ੍ਹਾਂ ਨੂੰ ਕੁਝ ਦੇਣਾ ਹੈ, ਬਖਸ਼ਿਸ਼ਾਂ ਕਰਨੀਆਂ ਨੇ ਉਹਨਾਂ ਨੂੰ ਸਤ ਸੰਗਤ ਦਾ ਮੇਲ ਕਰਾਉਂਦਾ ਹੈ ਪਰਮੇਸ਼ਰ, ਆਪ ਬੁਲਾਉਂਦਾ ਪਾਤਸ਼ਾਹ ਬੁਲਾਉਂਦੇ ਸੰਗਤ ਦੇ ਮੇਲ ਵਿੱਚ ਪਰਮੇਸ਼ਰ ਬੁਲਾਉਂਦਾ ਆਪ ਬਖਸ਼ਦਾ। ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣ ਆਈ। ਤੂੰ ਅਗਮ ਅਗੋਚਰ ਤੇਰੀ ਕੀਮਤ ਕਿਸੇ ਨੇ ਨਹੀਂ ਪਾਈ, ਸਭ ਜੀ ਜੰਤ ਤੇਰੀ ਸਰਣ ਆਈ ਨੇ ਤੇਰੇ ਆਸਰੇ ਨੇ। ਜਿਉਂ ਤੁਧ ਭਾਵੈ ਤਵੈ ਚਲਾਵੈ ਤੂੰ ਆਪੇ ਮਾਰਗ ਪਾਏਗਾ। ਜੋ ਤੈਨੂੰ ਭਾਉਂਦਾ ਸੀ ਪ੍ਰਕਾਸ਼ ਉਹਨਾਂ ਨੂੰ ਚਲਾਉਂਦਾ, ਜਿਸ ਨੂੰ ਤੂੰ ਚਾਹੁੰਦਾ ਜੀ ਨੂੰ ਤੂੰ ਆਪਣੇ ਗਿਆਨ ਦੇ ਰਸਤੇ ਵਿੱਚ ਪਾ ਦਿੰਦਾ। ਸੈ ਪੀ ਸਾਚਾ ਹੋ ਸੀ ਸੋਈ
ਆਪੇ ਸਾਜੇ ਅਵਰ ਨਾ ਕੋਈ। ਆਪ ਵੀ ਵਰਤਮਾਨ ਕਾਲ ਵਿੱਚ ਖੇ ਵਾਹਿਗੁਰੂ ਤੂੰ ਸੱਜਾ, ਅੱਗੇ ਵੀ ਤੂੰ ਸੱਚਾ ਹੀ ਹੋ ਗਿਆ, ਪਿੱਛੇ ਵੀ ਸੱਚ ਰੂਪ ਸੀ, ਆਪ ਹੀ ਬਣਾਉਂਦਾ, ਹੋਰ ਕੋਈ ਬਣਾਵਟ ਵਾਲਾ ਵੀ ਨਹੀਂ, ਆਪੇ ਸਾਜੇ ਅਵਰ ਨਾ ਕੋਈ। ਸਭ ਨਾ ਸਾਧ ਕਰੇ ਸੁਖ ਦਾਤਾ, ਆਪੇ ਰਿਜਕ ਪਹੁੰਚਾਏਂਦਾ। ਸਭਨਾ ਦੀ ਸੰਭਾਲ ਕਰਕੇ ਤੂੰ ਹੀ ਸੁੱਖ ਦੁੱਖ ਦਾ ਦਾਤਾ ਹੋ ਗਿਆ। ਸੰਭਾਲ ਆਪ, ਦੁੱਖ ਤੇ ਸੁੱਖ ਵੀ ਪਰਮੇਸ਼ਵਰ ਦਿੰਦਾ ਹੈ, ਕੋਈ ਦੂਜਾ ਨਹੀਂ ਦਿੰਦਾ। ਦੁੱਖ ਭਰਮ ਦੇ ਵਿੱਚ ਪਿਆ, ਦੂਜੇ ਤੇ ਦੋਸ਼ ਅਰੋਪ ਦਾ ਪਾਤਸ਼ਾਹ ਫਰਮਾਉਂਦੇ ਨੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ, ਜਰਾ ਬੜਾ ਤਾਪ ਸਿਰਤ ਸਾਪ ਸਭ ਹਰ ਕੈ ਵਸ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ, ਜਰਾ ਬੜੇਪਾ ਬਿਰਤੂ ਨਾ ਸਭ ਲੜਨਾ, ਆਦਿਕ ਵਿਖਾ ਸਿਰ ਦੁੱਖ ਆਦਿਕ ਦੁੱਖ ਸਾਰੇ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਬੰਦੇ। ਜਰਾ ਬੜਾ ਤਾਪ ਸਿਰਤ ਸਾਪ ਸਭ ਹਰ ਕੈ ਵਸ, ਸਭ ਸਾਰੇ ਕੋਈ ਲਾਗ ਨਾ ਸਕਿਆ ਬਿਨ ਹਲਕਾ ਲਾਇਆ, ਕਿਉਂਕਿ ਲਾਵਣ ਵਾਲਾ ਉਹੀ, ਉਸਦਾ ਵੀ ਨਿਯਮ ਤੇ ਮਰਿਆਦਾ, ਉਹ ਕਰਮ ਫਲ ਪ੍ਰਦਾਤਾ ਹੈ। ਪਾਤਸ਼ਾਹ ਫਰਮਾਉਂਦੇ ਨੇ ਸੁੱਖ ਦਿੱਤੇ ਨੇ ਦੁੱਖ ਦਿੱਤੇ, ਦਾਤਾ ਤਾਂ ਆਪ ਹੀ ਹੈ ਦੇਵਣ ਵਾਲਾ, ਆਪੇ ਰਿਜਕ ਪਹੁੰਚਾਏਂਦਾ, ਰਿਜਕ ਵੀ ਆਪ ਪਹੁੰਚਾਉਂਦਾ ਹੈ ਜੀਵਾਂ ਨੂੰ ਕਰਮਾਂ ਦੇ ਅਨੁਸਾਰ, ਸਭਨਾਂ ਨੂੰ ਰੋਜੀ ਪਰਮੇਸ਼ਰ ਦਿੰਦਾ। ਅਗਮ ਅਗੋਚਰ ਲੱਖ ਅਪਾਰਾ, ਕੋਈ ਨਾ ਜਾਣੈ ਤੇਰਾ ਪਰਵਾਰਾ। ਅਗਮ ਅਗੋਚਰ ਅਲੱਖ ਅਪਾਰਾ, ਹੇ ਅਗਮ ਅਗੋਚਰ, ਇਸੀ ਤੇ ਤੂੰ ਅਲੱਗ ਅਪਾਰ, ਤੇਰਾ ਪਾਰ ਉਰਾਦ ਕੋਈ ਨਹੀਂ ਪਾਉਂਦਾ, ਕੋਈ ਜਾਣਦਾ ਨਹੀਂ। ਆਪਣਾ ਆਪ ਪਛਾਣ ਹੈ ਆਪੇ, ਗੁਰਬਤੀ ਆਪ ਬੁਝਾਏਗਾ, ਆਪਣਾ ਆਪ ਤੂੰ ਆਪ ਪਹਿਚਾਣਦਾ। ਪਰੰਤੂ ਗੁਰਮਤੀਆਂ ਜਿਨ੍ਹਾਂ ਨੇ ਗੁਰੂ ਦੀ ਮਤ ਲਈ, ਗੁਰ ਸ਼ਬਦੀ ਗੁਰਮਤੀਏ ਹੋ ਗਏ, ਗੁਰੂ ਦੇ ਸਿਧਾਂਤ ਉਪਦੇਸ਼ ਤੇ ਚੱਲਦੇ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਮਨ, ਉਹਨਾਂ ਨੂੰ ਤੂੰ ਆਪਣਾ ਭੇਤ ਸਮਝਾਓ ਦਿੰਦਾ ਸਮਝਾਉਂਦਾ ਹੈ, ਪਰਮੇਸ਼ੁਰ ਸੋਝੀ ਦਿੰਦਾ ਹੈ ਆਪਣੇ ਪਿਆਰਿਆਂ ਜਨਾਂ ਨੂੰ, ਗੁਰਮਤੀਆਂ ਨੂੰ, ਗੁਰ ਸ਼ਬਦੀਆਂ, ਆਪਣਾ ਆਪ ਜਣਾਉਂਦਾ ਹੈ। ਜਿਸ ਨੂੰ ਤੋਂ ਜਾਣਾ ਹੈ ਸੋਈ ਜਨ ਜਾਣੇ, ਉਹ ਜਾਣ ਲੈਂਦਾ। ਪਾਤਾਲ ਪੁਰੀਆਂ ਲੋ ਆਕਾਰ, ਤਿਸ ਵਿੱਚ ਵਰਤ ਹੁਕਮ ਕਰਾਰਾ। ਪਾਤਾਲ ਜੋ ਪੁਰੀਆਂ ਨੇ, ਔਰ ਲੋਕਾਂ ਦੇ ਜੋ ਅਕਾਲ ਨੇ, ਤਿਨ੍ਹਾਂ ਵਿੱਚ ਹੀ ਮੇਰੀ ਪ੍ਰੀ ਪੂਜਨ ਪਰਮਾਤਮਾ ਤੇਰਾ ਹੁਕਮ ਤਕੜਾ ਵਰਤਦਾ, ਕਿਉਂਕਿ ਸਭ ਕੁਝ ਹੁਕਮ ਦੇ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਹੁਕਮ ਹੈ ਸਾਜੇ ਹੁਕਮ ਢਾਕ, ਹੁਕਮ ਮੇਰ ਮਲਾਏਗਾ। ਤੂੰ ਆਪਣੇ ਹੁਕਮ ਦੇ ਵਿੱਚ ਬਣਾਉਂਦਾ, ਹੁਕਮ ਵਿੱਚ ਹੀ ਗਰਾਉਂਦਾ, ਢਾ ਦਿੰਦਾ।
ਆਪਣੇ ਹੁਕਮ ਵਿੱਚ ਹੀ ਸਤਸੰਗ ਦੇ ਮੇਲ ਵਿੱਚ ਬੁਲਾਉਂਦਾ। ਹੁਕਮ ਹੈ ਬੂਜੈ ਸੋ ਹੁਕਮ ਸਲਾਹੇ, ਅਗਮ ਅਗੋਚਰ ਵੇ ਪਰਵਾਹ। ਹੇ ਮੇਰੇ ਵਾਹੀ ਗੁਰੂ, ਹੇ ਅਗਮ ਅਗੋਚਰ ਵੇ ਪਰਵਾਹ, ਜੋ ਤੇਰੇ ਹੁਕਮ ਨੂੰ ਸਮਝ ਲੈਂਦਾ ਮੇਰੇ ਵਾਹੀ ਗੁਰੂ ਦਾ ਹੁਕਮ। ਇਹ ਉਪਦੇਸ਼ ਸੰਦੇਸ਼ ਮੇਰੇ ਗੁਰੂ ਨਾਨਕ ਦਾ ਹੈ, ਹੁਕਮ ਨੂੰ ਸਮਝਿਆ ਸੋ ਤੇਰੇ ਹੁਕਮ ਨੂੰ ਸਲਾਹੁੰਦਾ ਹੈ, ਹੁਕਮ ਨੂੰ ਮੰਨਦਾ, ਹੁਕਮ ਮਨ ਸੁੱਖ ਪਾਇਆ, ਪ੍ਰੇਮ ਸੁਹਾਗਣ ਹੋਏ, ਬਖਸ਼ਿਸ਼ਾਂ ਲੈਂਦਾ ਹੈ, ਹੁਕਮ ਹੀ ਮੰਨਦਾ। ਹੁਕਮ ਮੰਨਿਆ ਹੋਵੇ ਪਰਵਾਨ ਤਾਂ, ਖਸਮੇ ਕਾ ਮਹਿਲ ਪਾਏ ਸੀ ਉਹਨਾਂ ਨੇ ਸੁੱਖ ਪਾਇਆ ਪ੍ਰਾਪਤੀ ਹੋਈ। ਜੇ ਹੀ ਮਤ ਦੇ ਸੋ ਹੋਵੇ, ਤੋ ਆਪੇ ਸ਼ਬਦ ਬੁਝਾਏਗਾ। ਜਿਹੋ ਜੀ ਤੂੰ ਮਤ ਦਿੰਦਾ ਸੋਈ ਜੀਵ ਤੋਂ ਕੰਮ ਹੋ। ਇਹ ਤਾਂ ਬੇਨਤੀ ਜੋਈ ਪਾਤਸ਼ਾਹ, ਸਾ ਮਤ ਦੀਜੈ ਦਿਆਲ ਪ੍ਰਭ, ਜਿਤ ਤੁਮਹਿ ਅਰਾਧਾ। ਇਹ ਮਤ ਦੇ, ਜਿਸ ਮਤ ਨਾਲ ਤੇਰੀ ਯਾਦ ਚਿੰਤਨ ਵਿੱਚ ਜੁੜ ਜਾਵਾਂ, ਇਹ ਬਖਸ਼ਿਸ਼ ਕਰ। ਸਾ ਮਤ ਦੀਜੈ ਦਿਆਲ ਪ੍ਰਭ, ਜਿਤ ਤੁਮਹਿ ਅਰਾਧਾ। ਉਹ ਮਤ ਦੇ, ਜਿਸ ਮਤ ਨਾਲ ਤੇਰੀ ਯਾਦ ਜੁੜ ਜਾਵਾਂ, ਸ਼ੁਭ ਮਤ ਦੇ। ਖਾਲ ਪਰਿਓ ਸੁਆਮੀ ਕੈ ਦੁਆਰ, ਦੀਜੈ ਬੁੱਧ ਵਿਵੇਕਾ, ਆਪ ਬਖਸ਼ ਵਿਵੇਕ ਬੁੱਧੀ। ਕਿਉਂਕਿ ਤੂੰ ਮਾਲਕ ਹੈ, ਸਮਰੱਥ ਹੈ, ਪਾਤਸ਼ਾਹ ਫਰਮਾਉਂਦੇ ਨੇ, ਜੇ ਹੀ ਮਤ ਦੇ ਸੋ ਹੋਵੇ, ਤੂੰ ਆਪੇ ਸ਼ਬਦ ਬੁਝਾਏਗਾ, ਤੂੰ ਆਪ ਹੀ ਗੁਰੂ ਉਪਦੇਸ਼ ਸਮਝਾਉਂਦਾ ਹੈ। ਆਨੰਦ ਆਰ ਜਾ ਸਿਜਦੀ ਜਾਏ, ਰਹਿਣ ਦਿਨ ਸਦੋਏ ਸਾਖੀ ਆਏ। ਇਹਨੇ ਜੀਵਾਂ ਦੀ ਤੋਂ ਰਾਤ ਦਿਨ ਅਵਸਥਾ ਸਿੱਝਦੀ ਜਾਂਦੀ ਹੈ। ਛਿਣ ਛਿਣ ਔਦ ਵਿਹਾਤ ਹੈ, ਫੁੱਟ ਹੈ ਘੱਟ ਜਾਂ ਆਜਾ ਘੱਟਦੀ ਜਾਂਦੀ। ਰਾਤ ਇਹਨੇ ਦੋ ਜੀਵਾਂ ਦੇ ਕਰਮਾਂ ਦੇ ਗਵਾਹ, ਇਹਨੇ ਦਿਨ ਤੇ ਰਾਤ ਇਹ ਗਵਾਹ ਨੇ। ਰਾਤ ਦਿਨ ਦੇ ਅਭਿਮਾਨੀ ਦੇਵਤਾ ਜੀਵ ਦੇ ਕਰਮਾਂ ਦੇ ਸਾਖੀ ਹੋ ਜਾਂਦੇ ਨੇ, ਦਿਨ ਤੇ ਰਾਤ ਦੇ ਅਭਿਮਾਨੀ ਦੇ, ਕਿ ਇਸ ਮਨੁੱਖ ਨੇ ਦਿਨ ਵਿੱਚ ਇਹ ਕਰਮ ਕੀਤੇ, ਰਾਤ ਇਹਦੀ ਬਤੀਤ ਕੀਤੀ, ਉਹ ਸਾਖੀ। ਚਿੱਤਰ ਗੁਪਤ ਸਭ ਲਿਖਤੇ, ਲੇਖਾ ਲੇਖਾ ਲਿਖਿਆ ਜਾ ਰਿਹਾ, ਉਹ ਸਾਖੀ ਨੇ ਕਰਮ। ਮਨ ਮੁਖ ਅੰਦਰਾ ਚੇਤੈ ਬੂੜਾ, ਸਿਰ ਉਪਰ ਕਾਲ ਰੁਆਏਗਾ। ਮਨ ਮੁਖਤਾ ਕਰਕੇ ਅੰਧਾ ਮੂਰਖ ਜਾਣਦਾ ਕੀ ਮਨ ਮੁਖ, ਸਿਰ ਉੱਪਰ ਕਾਲ ਖੜਾ ਰੁਆਉਂਦਾ ਹੈ, ਕਾਲ ਦੂਰ ਨਹੀਂ ਸਿਰ ਦੇ ਉੱਤੇ ਖਲੋਤਾ, ਦੁੱਖ ਦੇ ਰਿਹਾ, ਵਾਰੂ ਕੇ ਮਾਲਦਾ ਆਉਂਦਾ ਹੈ, ਬੁਲਾਉਂਦਾ ਹੈ, ਜੋ ਮੈਂ ਆਇਆ ਹਾਂ ਤੂੰ ਤਿਆਰ ਹੋ ਜਾ ਪਾਤਸ਼ਾਹ ਫਰਮਾਉਂਦੇ। ਮਨ ਤਨ ਸੀਤਲ ਗੁਰ ਚਰਣੀ ਲਾਗਾ, ਅੰਤਰ ਭਰਮ ਗਿਆ ਭਉ ਭਾਗਾ। ਜੋ ਗੁਰੂ ਦੀ ਚਰਣੀ ਲੱਗਿਆ ਉਸਦਾ ਮਨ ਤੇ ਤਨ ਸੀਤਲ ਹੋ ਗਿਆ, ਸ਼ਾਂਤ ਪਦ ਵਿੱਚ ਸਮਾ ਗਿਆ, ਅੰਦਰ ਜੋ ਭਰਮ ਸੀ ਉਹ ਵੀ ਚਲਾ ਗਿਆ, ਜਮਾਂ ਦਾ ਭਉ ਵੀ ਭੱਜ ਗਿਆ। ਸਦਾ ਆਨੰਦ ਸੱਚੇ ਗੁਣ ਗਾਵੇ, ਸੱਚ ਬਾਣੀ ਬੋਲਾਏਗਾ। ਸੱਚੇ ਦੇ ਗੁਣ ਗਾ ਕੇ ਅਚੁੱਤ ਆਨੰਦ ਪਾਇਆ ਹੋਰਾਂ, ਉਹ ਸੱਚੀ ਬਾਣੀ ਬੁਲਾਉਂਦਾ, ਆਪ ਬਾਣੀ ਨੂੰ ਗਾਉਂਦਾ, ਉਪਦੇਸ਼ ਬਾਣੀ ਦਾ ਦਿੰਦਾ। ਜਿਨ ਤੂੰ ਜਾਤਾ ਕਰਮ ਵਧਾਤਾ,
ਊਰੈ ਭਾਗ ਗੁਰ ਸ਼ਬਦ ਪਛਾਤਾ। ਖੇ ਮੇਰੇ ਵਾਹੇ ਗੁਰੂ, ਖੇ ਕਰਮ ਫਲ ਪ੍ਰਦਾਤੇ ਗੁਰੂ ਨਾਨਕ, ਜਿਨ੍ਹਾਂ ਨੇ ਤੈਨੂੰ ਪੂਰੇ ਭਾਗਾਂ ਕਰਕੇ ਜਾਣਿਆ, ਬਖਸ਼ਿਸ਼ਾਂ ਲੈ ਲੈਂਦਾ, ਤਿਹਨਾਂ ਨੇ ਗੁਰੂ ਉਪਦੇਸ਼ ਨੂੰ ਪਹਿਚਾਣਿਆ। ਜਤ ਪਤ ਸੱਚ ਸੱਚਾ ਸੱਚ ਸੋਈ ਹੋ ਮੈਂ ਵਾਰ ਬਲਾਏਗਾ। ਇਹ ਸੱਚੇ ਜਤ ਰੂਪ ਵੀ ਤੂੰ ਹੀ ਤੂੰ ਹੈ, ਪਤ ਰੂਪ ਵੀ ਸੱਚਾ ਤੂੰ ਹੀ ਹੈ, ਸੱਚੀ ਤੇਰੀ ਸੋਭਾ। ਜਿਹਨਾਂ ਨੇ ਹੋਮੇ ਮਾਰੀ ਤਿਹਨਾਂ ਨੂੰ ਤੂੰ ਆਪਣੇ ਵਿੱਚ ਬੁਲਾਉਂਦਾ। ਮਨ ਕਠੋਰ ਦੂਜੇ ਭਾਏ ਲਾਗਾ, ਭਰਮੇ ਭੂਲਾ ਬਿਰੈ ਅਭਾਗਾ। ਜਿਸਦਾ ਮਨ ਕਠੋਰ ਉਹ ਕੁਛ ਦੂਜੇ ਭਾਵ ਵਿੱਚ ਲੱਗਿਆ ਕਰਦਾ, ਉਹ ਭਾਗਾ ਭਰਮ ਵਿੱਚ ਭੁੱਲਿਆ ਹੋਇਆ ਦੁਨੀਆ ਵਿੱਚ ਫਿਰਦਾ। ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਗਾ। ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਗਾ। ਜਿਸਦੇ ਮਸਤਕ ਭਾਰ ਭਲੇ ਕਰਮ ਹੁੰਦੇ ਨੇ, ਪਰ ਬਲ ਪੁੰਨ ਨੇ ਵੱਡੇ ਭਾਗ, ਉਹ ਪਿਆਰੀ ਉਹ ਸਤਿਗੁਰੂ ਨੂੰ ਜਪਦਾ ਹੈ, ਗੁਰੂ ਗੁਰੂ ਸੇਵਦਾ ਹੈ। ਜੋ ਸੇਵਦਾ ਉਹ ਸੁਤੇ ਹੀ ਸੁੱਖਾਂ ਵਿੱਚ ਵਾਸਾ ਪਾ ਲੈਂਦਾ। ਲੱਖ ਚੁਰਾਸੀ ਆਪ ਉਪਾਏ, ਮਾਨਸ ਜਨਮ ਗੁਰ ਭਗਤ ਦਰੜਾਏ। 84 ਲੱਖ ਜੁਨੀਆਂ ਵਿੱਚ ਤੈਨੇ ਜੀਵ ਉਪਾਏ ਨੇ ਮੇਰੇ ਵਾਹਿਗੁਰੂ, ਕਿਉਂਕਿ 84 ਲੱਖ ਜੁਨੀਆਂ, 42 ਧਰਤੀ ਵਿੱਚ, 42 ਜਲ ਵਿੱਚ, ਸਾਜਣ ਵਾਲਾ ਇੱਕ ਪਰਮੇਸ਼ਰ ਹੀ ਹੈ ਸਭਨਾ। ਲੱਖ 84 ਆਪ ਉਪਾਏ, ਆਪ ਸਾਜੇ ਨੇ ਪਰਮੇਸ਼ਰ। ਮਾਨਸ ਜਨਮ ਗੁਰ ਭਗਤ ਦਰੜਾਏ, ਕਿਉਂਕਿ ਮਾਨਸ ਜਨਮ ਇਹ ਮਨੁੱਖਾਂ ਦੇ ਗੁਰੂ ਭਗਤੀ ਦੜਾਉਂਦਾ ਕਿ ਪਿਆਰੇ ਉਹ ਕੇਵਲ ਇੱਕ ਮਨੁੱਖਾ ਜਨਮ ਹੀ ਤੁਹਾਨੂੰ ਵਾਰੀ ਦਿੱਤੀ। ਬੜੇ ਜਨਮ ਦੇ 84 ਲੱਖ ਜੁਨੀਆਂ ਨੇ, ਉਹਨਾਂ ਵਿੱਚ ਪ੍ਰਾਪਤੀ ਨਹੀਂ, ਇੱਕ ਅਮੋਲਕ ਜਨਮ ਦੀ ਦਾਤ ਦੇ ਦਿੱਤੀ, ਸਮਾਂ ਦੇ ਦਿੱਤਾ, ਇੱਕ ਵਾਰੀ ਦੇ ਦਿੱਤੀ ਅਵਸਰ ਕਿ ਇਸ ਜਨਮ ਨੂੰ ਅਮੋਲਕ ਨੂੰ ਅਜਾਈ ਨਾ ਬਤੀਤ ਕਰੀ, ਲਾਹਾ ਲੈ ਤੈਨੂੰ ਇਹ ਵਾਰੀ ਦਿੱਤੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਹੀ ਵਾਰੀ। ਮਾਨਸ ਜਨਮ ਗੁਰ ਭਗਤ ਦਰੜਾਏ, ਪਰਮੇਸ਼ਰ ਨੇ ਭਗਤੀ ਤੇ ਮਾਲਕ ਤੇ ਤੋਰਿਆ। ਔਰ ਸੰਤ ਮਹਾਤਮਾ ਇਸ ਮਾਤ ਲੋਕ ਤੇ ਭੇਜੇ ਕਿ ਜਪੋ ਤੇ ਜਪਾਵੋ, ਆਪ ਬਖਸ਼ਿਸ਼ਾਂ ਪਰਮੇਸ਼ਰ ਨੇ ਕੀਤੀ। ਗੁਰ ਭਗਤੀ ਦੜਾਉਂਦਾ ਹੈ, ਗੁਰੂ ਆਪ ਜਪਦਾ ਤੇ ਜਪਾਉਂਦਾ। ਬ੍ਰਹਮ ਸਰੋਤਰੀ ਦੇਹਤੀ ਗੁਰੂ ਜਪਦਾ ਹੈ ਜਪਾਉਂਦਾ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਸ ਵੱਖਰ ਕੋ ਲੈਣ ਤੂੰ ਆਇਆ ਸੀ ਪਿਆਰਿਆ, ਜਿਸ ਵਸਤੂ ਨੂੰ ਲੈਣ ਆਇਆ ਸੀ ਮਤ ਭੁੱਲ ਜੀ, ਅਗਿਆਨ ਅਵਿਦਿਆ ਦੀ ਰਾਤ ਵਿੱਚ ਮਤ ਵਿਸਾਰ। ਜਿਸ ਵੱਖਰ ਕੋ ਲੈਣ ਤੂੰ ਆਇਆ, ਉਹ ਮਿਲਣਾ ਕਿੱਥੋਂ ਹੈ? ਰਾਮ ਨਾਮ ਸੰਤਨ ਘਰ ਪਾਇਆ, ਉਹ ਵੱਖਰ ਸੱਚਾ ਸੌਦਾ ਨਾਮ ਦਾ ਹੈ, ਉਹ ਸੰਤਾਂ ਤੋਂ ਮਿਲਣਾ। ਸੰਤਾਂ ਨੂੰ ਭੰਡਾਰੇ ਬਖਸ਼ੇ ਨੇ ਪਰਮੇਸ਼ਰ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ।
ਬਿਨ ਭਗਤੀ ਵਿਸਟਾ ਵਿੱਚ ਵਾਸਾ, ਵਿਸਟਾ ਵਿੱਚ ਫਿਰ ਪਾਏਗਾ। ਉਹ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਇਸ ਪੰਗਤੀ ਵਿੱਚ ਇਹ ਉਪਦੇਸ਼ ਦਿੰਦੇ ਨੇ ਕਿ ਪਿਆਰਿਓ, ਜੇ ਤੁਸੀਂ ਬਿਨਾਂ ਭਗਤੀ ਨਹੀਂ ਨਾਮ ਜਪਿਆ, ਬੰਦਗੀ ਨਹੀਂ ਕੀਤੀ, ਗੁਰੂ ਦੇ ਸਨਮੁਖ ਨਹੀਂ ਹੋਏ, ਪਰਮੇਸ਼ਰ ਨੂੰ ਅਰਾਧਿਆ ਨਹੀਂ, ਮੰਦ ਕਰਮ ਰੂਪ ਦ੍ਰਿਸ਼ਟਾ ਵਿੱਚ ਤੁਹਾਡਾ ਵਾਸਾ ਹੋ ਜਾਵੇ। ਤੇ ਜਬ ਮਰਦਾ ਹੈ ਤਬ ਗਰਭ ਸਥਾਨ ਦੀ ਦ੍ਰਿਸ਼ਟਾ ਵਿੱਚ ਵਾਸਾ ਪਾਉਂਦਾ ਹੈ, ਗਰਭ ਸਥਾਨ ਦੀ ਦ੍ਰਿਸ਼ਟਾ ਵਿੱਚ ਜਦੋਂ ਮਰਦਾ ਕਿਰਮ ਬਣ ਐਸੀ ਸਜ਼ਾ ਐਸਾ ਪਾਤਸ਼ਾਹ ਫਰਮਾਉਂਦੇ ਨੇ, ਬਿਨ ਭਗਤੀ ਦ੍ਰਿਸ਼ਟਾ ਵਿੱਚ ਵਾਸਾ, ਦ੍ਰਿਸ਼ਟਾ ਵਿੱਚ ਫਿਰ ਪਾਏ। ਤੇ ਜਨਮ ਹੋਵੇਗਾ ਤੇਰਾ ਅਲਮੁਸਤਾਨ, ਦ੍ਰਿਸ਼ਟਾ ਵਿੱਚ ਤੇਰਾ ਵਾਸਾ ਪਵੇਗਾ, ਨਾਮ ਜਪ ਲੈ ਭਗਤੀ ਕਰ, ਇਸ ਅਮੋਲਕ ਜਨਮ ਨੂੰ ਵਿਅਰਥ ਨਾ ਬਤੀਤ ਕਰ। ਕਰਮ ਹੋਵੇ ਗੁਰ ਭਗਤ ਦਰੜਾਏ, ਬਿਨ ਕਰਮਾ ਕਿਉਂ ਪਾਇਆ ਜਾਏ। ਤੇਰੀ ਜਿਸ ਪਰ ਕਿਰਪਾ ਹੋਵੇ ਹੀ ਮੇਰੀ ਪਰਵਤਗਾਰ ਗੁਰੂ ਨਾਨਕ, ਤਿਸ ਨੂੰ ਤੂੰ ਗੁਰ ਭਗਤੀ ਦੜਾਉਣਾ, ਕਿਰਪਾ ਤੇਰੀ, ਤੇਰੇ ਨਾਮ ਨੂੰ ਜਪਣ ਲੱਗ ਜਾ। ਬਿਨਾਂ ਤੇਰੀ ਕਿਰਪਾ ਤੇ ਭਗਤੀ ਦਾ ਪ੍ਰਕਾਰ ਕਿਵੇਂ ਪਾਇਆ ਜਾਵੇ। ਆਪੇ ਕਰੇ ਕਰਾਏ ਕਰਤਾ, ਜਿਉਂ ਭਾਵੈ ਤਿਵੈ ਚਲਾਏਂਦਾ। ਇਹ ਕਰਤਾ ਪੁਰਖ ਤੈਨੇ ਆਪ ਹੀ ਜੀਵ ਕੀਤੇ ਨੇ, ਤੂੰ ਆਪ ਹੀ ਨਾ ਤੂੰ ਕਰਮ ਕਰਾਉਂਦਾ, ਜਿਉਂ ਤੈਨੂੰ ਪਾਉਂਦਾ ਤਿਵੇਂ ਤੂੰ ਇਹਨਾਂ ਜੀਵਾਂ ਨੂੰ ਚਲਾਉਂਦਾ। ਸਿਮਰਤ ਸਾਸਤ ਅੰਤ ਨਾ ਜਾਣ, ਮੂਰਖ ਅੰਧਾ ਤਤ ਨਾ ਪਛਾਣ। 27 ਸਿਮਰਤੀਆਂ, 6 ਸਾਸਤਰ, ਤੇਰਾ ਅੰਤ ਉਹ ਵੀ ਨਹੀਂ ਜਾਣਦੇ ਹੇ ਮੇਰੇ ਵਾਹਿਗੁਰੂ, ਤੇਰਾ ਅੰਤ ਉਹਨਾਂ ਨੇ ਵੀ ਨਹੀਂ ਜਾਣਦਾ। ਤੂੰ ਐਸਾ ਬੇਅੰਤ ਚੋਜੀ ਪ੍ਰੀਤਮ ਖੈ, ਤੇਰੇ ਚੋਜ ਵੀ ਭਿੰਨ ਨੇ, ਗੁਣ ਵੀ ਬੇਅੰਤ ਨੇ, ਇਹਨਾਂ ਦਾ ਕੋਈ ਪਾਦਾਵਾਦ ਕੀ। ਇਹ ਮੂਲ ਕਹਿੰਦਾ ਜੀਵ ਤਿੰਨ ਸਤਰਾਂ ਦੇ ਤੱਤ ਨੂੰ ਵੀ ਪਹਿਚਾਣ ਨਾ ਸਕਿਆ, ਮੂਲ ਕਹਿੰਦਾ ਤੱਤ ਨਾ ਪਛਾਣ। ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏਂਦਾ। ਆਪ ਤੂੰ ਕਰਦਾ ਹੈ ਜਗਤ ਦਾ ਮੇਰੇ ਵਾਹਿ, ਆਪ ਹੀ ਤੂੰ ਕਰਾਉਂਦਾ ਕਰਨ ਹਾਰ ਹੀ ਕਰਦਾ, ਤੂੰ ਆਪੇ ਹੀ ਭਰਮ ਦੇ ਵਿੱਚ ਭੁਲਾ ਦਿੰਦਾ। ਸਭ ਕਿਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦੇ ਲਾਏ। ਸਭ ਕੁਛ ਤੂੰ ਆਪੇ ਆਪ ਹੀ ਕਰਾਉਂਦਾ, ਆਪ ਹੀ ਸਭਨਾਂ ਨੂੰ ਰਚ ਰਚ ਕੇ ਸਿਰ ਬਸਿਰ ਭਿੰਨ ਭਿੰਨ ਧੰਦਿਆਂ ਵਿੱਚ ਵੀ ਪਿਆਰੀ ਉਹ ਪਰਮੇਸ਼ੁਰ ਲਾਉਂਦਾ ਹੈ। ਆਪਾਂ ਲੱਗਦੇ ਲਾਭਣ ਵਾਲਾ ਹੈ ਕੋਈ ਦੂਜਾ, ਆਪੇ ਥਾਪਿਓ ਥਾਪੇ ਵੇਖੈ, ਗੁਰਮੁਖ ਆਪ ਬੁਝਾਏਂਦਾ। ਆਪ ਹੀ ਤੂੰ ਥਾਪਦਾ, ਆਪ ਹੀ ਤਿੰਨਾਂ ਦੀ ਪ੍ਰਾਰਬਧ ਅਨੁਸਾਰ ਉਹਨਾਂ ਨੂੰ ਉਠਾ ਲੈਂਦਾ, ਗੁਰਮੁਖਾਂ ਨੂੰ ਦੇ ਕੇ ਆਪ ਹੀ ਸਮਝਾਉਂਦਾ, ਗੁਰਮੁਖ ਆਪ ਬੁਝਾਉਂਦਾ, ਗੁਰਮੁਖਾਂ ਨੂੰ ਸੋਝੀ ਆਪ ਦਿੰਦਾ। ਸੱਚਾ ਸਾਹਿਬ ਗਹਿਰ ਗੰਭੀਰਾ, ਸਦਾ ਸਲਾਹੀ ਤਾ ਮਨ ਧੀਰਾ। ਹੇ ਗਹਿਰ ਗੰਭੀਰ ਸੱਚੇ ਸਾਹਿਬ, ਐਸੇ ਤੇਰੀ ਸਦਾ ਸਲਾਹੀ ਹੋਏ,
ਤਾਂ ਮਨ ਧੀਰਜ ਨੂੰ ਪ੍ਰਾਪਤ ਹੁੰਦਾ। ਆਗਮ ਅਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਇਦਾ। ਤੇਰਾ ਪਾਵਣਾ ਕੱਠ ਇੰਦਰੀਆਂ ਦਾ ਵਿਸ਼ੇ, ਇਸੀ 'ਤੇ ਤੇਰੀ ਕੀਮਤ ਨਹੀਂ ਪਾਈ ਜਾਂਦੀ। ਕੋਈ ਗੁਰਮੁਖੀ ਤੇਰੇ ਤੈਨੂੰ ਮਨ ਵਿੱਚ ਵਸਾਉਂਦਾ। ਆਪ ਨਿਰਾਲਮ ਹੋਰ ਧੰਦੈ ਲੋਈ, ਗੁਰ ਪ੍ਰਸਾਦੀ ਬੂਝੈ ਕੋਈ। ਤੂੰ ਆਪ ਨਿਰਾਲਾ, ਉਹ ਲੋਕ ਸਭ ਧੰਦਿਆਂ ਵਿੱਚ ਫਸੇ ਨੇ, ਤੂੰ ਗੁਰੂ ਦੀ ਕਿਰਪਾ 'ਤੇ ਬਾਤ ਕੋਈ ਸਮਝਦਾ। ਨਾਨਕ ਨਾਮ ਵਸੈ ਘਟ ਅੰਤ, ਗੁਰਮਤੀ ਮੇਲ ਮਿਲਾਏਗਾ। ਗੁਰੂ ਦੇ ਉਪਦੇਸ਼ ਕਰਕੇ ਜਿਹਨਾਂ ਦੇ ਹਿਰਦੇ ਅੰਦਰ ਨਾਮ ਵਸਿਆ, ਤਿਹਨਾਂ ਨੂੰ ਤੂੰ ਆਪਣੇ ਮੇਲ ਵਿੱਚ ਆਪ ਮਿਲਾਉਂਦਾ। ਮਾਰੂ ਮਹਲਾ ਤੀਜਾ, ਜੁਗ ਛਤੀ ਕੀ ਯੋਗ ਵਾਰਾ, ਤੂੰ ਆਪੇ ਜਾਣੇ ਸਿਰਜਣਹਾਰਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਹੋਏ ਪਾਵਨ ਉਪਦੇਸ਼ ਦਿੰਦੇ ਨੇ। ਜੁਗ ਛਤੀ ਕੀ ਯੋਗ ਵਾਰਾ, ਪਰਲੇ ਕਾਲ ਵਿੱਚ ਅਰਬਦ ਨਰਬਦ ਧੁੰਦੂ ਕਾਰਾ ਧੁੰਦ ਹੀ ਛਾਈ ਹੋਈ, ਬਹੁਤ ਯੁੱਗਾਂ ਵਿੱਚ ਅੰਧੇਰਾ ਕੀਤਾ ਸੀ, ਪਰਮੇਸ਼ੁਰ ਨੇ ਸਵੈਮ ਆਪ ਹੀ ਸੀ, ਕੋਈ ਕੁਝ ਹੋਰ ਹੈ ਹੀ ਨਹੀਂ। ਹੇ ਸਿਰਜਣਹਾਰ, ਸਭਨਾ ਦੀ ਗਤੀ ਨੂੰ ਤੂੰ ਆਪ ਹੀ ਜਾਣਦਾ ਤੇ ਕੋਈ ਦੂਜਾ ਨਹੀਂ, ਤੂੰ ਆਪੇ ਜਾਣੇ ਸਿਰਜਣਹਾਰ। ਹੋਰ ਕਿਆ ਕੋ ਕਹਿ ਕੇ ਆਖ ਵਖਾਣ, ਤੂੰ ਆਪੇ ਕੀਮਤ ਪਾਏਦਾ। ਹੋਰ ਕਿਆ ਕੋਈ ਤੇਰੇ ਸੂਪ ਨੂੰ ਕਹੇ, ਕਿਆ ਮੁੱਖ ਦੁਆਰਾ ਸ੍ਰਿਸ਼ਟੀ ਨੂੰ ਵਖਿਆਣ ਕਰੇ ਤੇ ਸਮੇਂ ਵਿੱਚ ਤੂੰ ਆਪੇ ਹੀ ਆਪਣੀ ਸ੍ਰਿਸ਼ਟੀ ਦੀ ਕੀਮਤ ਨੂੰ ਪਾਉਂਦਾ ਸੀ, ਕੋਈ ਦੂਜਾ ਹੈ ਹੀ ਨਹੀਂ। ਤਾਂ ਸੂਖਮ ਬੀਜ ਰੂਪ ਹੋ ਕੇ ਸਭ ਸ੍ਰਿਸ਼ਟੀ ਰਹਿੰਦੀ ਹੈ, ਅਬ ਪਾਉਂਦਾ। ਓ ਅੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸਾ ਤੇਰੀ ਵੜਿਆਈ। ਹੇ ਬ੍ਰਹਮ, ਸਾਰੀ ਸ੍ਰਿਸ਼ਟੀ ਤੈਨੇ ਸਾਜੀ ਰਚਨਾ ਕੀਤੀ, ਸਾਰੇ ਜਗਤ ਤਮਾਸ਼ੇ ਦੀ ਇੱਕ ਖੇਲ ਹੈ ਪਿਆ, ਇਹ ਵਧਾਤਾ ਨੇ ਤਮਾਸ਼ਾ ਖੇਲ ਰਚਿਆ, ਇਹ ਸਭ ਵਾਹਿਗੁਰੂ ਤੇਰੀ ਇੱਛਾ ਅਨੁਸਾਰ ਹੀ ਹੈ, ਸਭ ਖੇਲ ਤਮਾਸ਼ਾ ਤੇਰੀ ਵੜਿਆਈ। ਆਪੇ ਵੇਖ ਕਰੇ ਸਭ ਸਾਚਾ, ਆਪੇ ਭਨ ਕਢਾਏਗਾ। ਇਹ ਸੱਚ ਸੂਪ ਆਪ ਹੀ ਤੂੰ ਭਿੰਨ ਭਿੰਨ ਸਭਨਾ ਦੀ ਉਤਪਤੀ ਕਰਦਾ, ਆਪ ਪਾਲਣਾ ਕਰਦਾ, ਆਪ ਹੀ ਨਸ਼ਟ ਕਰਦਾ, ਆਪ ਹੀ ਉਤਪੰਨ ਕਰਾਉਂਦਾ। ਸੇਟੀ ਨੂੰ ਮਿੱਥਿਆ ਬਣ ਦ੍ਰਿਸ਼ਟਾਂਤ ਦਿੰਦੇ ਨੇ ਪਾਤਸ਼ਾਹ ਕਿ ਜਗਤ ਇਹ ਸੰਸਾਰ ਝੂਠਾ ਹੈ, ਨਾ ਸੰਬੰਧ ਹੈ। ਬਾਜੀ ਗਾਰੀ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਦਰੀ ਆਈ। ਹੇ ਮੇਰੇ ਵਾਹਿਗੁਰੂ ਪਰਮੇਸ਼ਰ, ਬਾਜੀ ਗਾ ਕਹਿੰਦੀ ਸੰਸਾਰ ਵੀ ਇੱਕ ਬਾਜੀ ਹੀ ਪਾਈ, ਇਹ ਖੇਲ ਹੀ ਰਚਿਆ ਹੈ, ਜਿਵੇਂ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ, ਐਸਾ ਖੇਲ ਵਧਾਤਾ ਨੇ ਰਚਿਆ। ਪੂਰੇ ਗੁਰੂ ਤੋਂ ਜਿਸ ਨੂੰ ਨਜ਼ਰੀ ਆ ਗਈ ਕਿ ਖੇਲ ਤਮਾਸ਼ਾ ਹੈ ਜਗਤ ਸੰਸਾਰ, ਬਾਜੀਗਰ ਇੱਕ ਬਾਜੀ ਪਾਈ, ਇਹ ਬਾਜੀਗਰ ਨੇ ਬਾਜੀ ਹੀ ਪਾਈ, ਪੂਰੇ ਗੁਰ ਤੇ ਨਜ਼ਰੀ ਆਈ। ਸਦਾ ਅਲਪਤ ਰਹੇ ਗੁਰ ਸ਼ਬਦੀ, ਸਾਚੇ ਸਿਉ ਚਿਤ ਰਾਏਗਾ।
ਗੁਰੂ ਉਪਦੇਸ਼ ਕਰਕੇ ਜੋ ਸਦੀਵੀ ਨਲੇਪ ਰਹਿੰਦਾ ਉਹ ਸੱਚੇ ਤੇਰੇ ਸਾਥੋਂ ਚਿੱਤ ਲਾਉਂਦਾ ਮਨ ਜੋੜਦਾ ਹੈ। ਵਾਜੇ ਵਾਜੇ ਧੁਨ ਆਕਾਰਾ ਆਪ ਵਜਾਏ ਵਜਾਵਣ ਹਾਰਾ। ਆਕਾਰ ਰੂਪ ਵਾਜੇ ਨੇ, ਜੋ ਆਕਾਰ ਹੀ ਸਰੀਰ ਨੇ ਆਪਣੇ ਤਨ ਸੁੰਦਰ ਨੇ ਵਾਜੇ ਨੇ। ਜਿਵੇਂ ਵਾਜਾ ਹੈ ਰਾਗੀ ਸਿੰਘ ਵਜਾਉਂਦੇ ਨੇ ਉਹ ਵੱਜਦਾ ਹੈ, ਇਹ ਆਕਾਰ ਨੂੰ ਵਾਜੇ ਨੇ। ਧੁਨ ਜੋ ਨਿਕਸਰੀ ਹੈ ਇਹ ਤਿੰਨਾਂ ਦਾ ਵੱਜਣਾ ਹੈ। ਵਜਾਵਣ ਵਾਲਾ ਕੌਣ? ਪਰਮੇਸ਼ਰ ਹੀ ਹੈ। ਜਿਵੇਂ ਵਜੰਤਰ ਹੀ ਰਾਗੀ ਵਾਜਾ ਵਜਾਉਂਦਾ ਵੱਜਦਾ, ਇਤਨਾ ਹੀ ਤਨ ਵੀ ਵਾਜੇ ਦੀ ਨਿਆਈ ਹੈ। ਧੁਨ ਨਿਕਸਰੀ ਹੈ ਤਿਸਦਾ ਵੱਜਣਾ, ਜਿਸਨੂੰ ਸਦਾ ਸਬੋਧੀ ਦੇ ਕੇ ਤੂੰ ਆਪ ਹੀ ਵਜਾਵਣ ਖਾਰਾ ਹੋਇਆ ਵਜਾਉਂਦਾ ਹੈ। ਕੌਣ? ਪਰਮੇਸ਼ਰ। ਆਪ ਬੁਲਾਉਂਦਾ ਆਪਾਂ ਬੋਲਦੇ ਹਾਂ, ਬੁਲਾਇਆ ਬੋਲੀ ਖਸਮ ਕਾ, ਉਹ ਬੁਲਾਉਂਦਾ ਹੋਇਆ ਆਪਾਂ ਬੋਲਦੇ, ਕਿਉਂਕਿ ਸਦਾ ਸਫੁਰਤੀ ਪਿਆਰੀ ਉਹ ਪਰਮੇਸ਼ਰ ਹੀ ਦਿੰਦਾ ਹੈ। ਘੱਟ ਘੱਟ ਪੌਣ ਵਹਿ ਇੱਕ ਰੰਗੀ, ਬਿਲ ਪਵਣ ਸਭ ਵਜਾਏਦਾ। ਘਟਾਂ ਘਟਾਂ ਵਿੱਚ ਪ੍ਰਾਣ ਪਵਣ ਇੱਕ ਰਸ ਚੱਲ ਰਿਹਾ ਹੈ, ਸਭ ਘਟਾਂ ਵਿੱਚ ਪ੍ਰਾਣ ਪਵਣ ਇੱਕ ਰਸ ਹੈ। ਸਵਾਸਾਂ ਦੇ ਸਾਥ ਮਿਲ ਕੇ ਪ੍ਰਾਣਾਂ ਨੂੰ ਸਤਾ ਦੇ ਕੇ ਸਭ ਵਾਜਿਆਂ ਨੂੰ ਤੂੰ ਆਪ ਹੀ ਵਜਾਉਂਦਾ, ਕੋਈ ਦੂਜਾ ਨਹੀਂ ਵਜਾਉਂਦਾ, ਪਰਮੇਸ਼ੁਰ ਵਜਾਉਂਦਾ। ਸਤਾ ਸਫੁਰਤੀ ਆਪ ਦੇ ਕੇ ਵਜਾਉਂਦਾ, ਆਪਾਂ ਬੋਲਦੇ ਹਾਂ, ਵਿਚਰਦੇ ਹਾਂ, ਵਿਆਹ ਧੰਦੇ ਕਰਦੇ ਹਾਂ। ਕਰਤਾ ਕਰੇ ਸੋ ਦਹਿ ਜੋ ਹੋਵੇ, ਗੁਰ ਕੈ ਸ਼ਬਦ ਹੋ ਮੈਂ ਖੋਵੈ। ਹੇ ਕਰਤਾ ਮੇਰੀ ਵਾਹ, ਜੋ ਤੂੰ ਕਰਦਾ ਸੋ ਨੇਚੇ ਕਰਕੇ ਉਹੀ ਹੁੰਦਾ ਹੈ ਜੋ ਤੂੰ ਕਰਦਾ। ਤੂੰ ਇਹ ਪ੍ਰਤੀਤ ਕਿਹਨਾਂ ਨੂੰ ਹੁੰਦੀ? ਕਿਹਨਾਂ 'ਤੇ ਬਖਸ਼ਿਸ਼ਾਂ ਹੋਈਆਂ, ਰਹਿਮਤਾਂ ਹੋਈਆਂ, ਪ੍ਰਤੀਤ ਕਿਹਨਾਂ ਨੂੰ ਹੋਈ? ਜੋ ਗੁਰੂ ਦੀ ਅਵਰੇਸ਼ ਕਰਕੇ ਖੋਮੇ ਨੂੰ ਖੋ ਲੈਂਦਾ, ਜਿਸ ਵਿੱਚ ਖੋਮੇ ਹੰਕਾਰ ਨਹੀਂ, ਨਿਮਾਣਤਾ ਨਿਮਰਤਾ, ਉਹਨਾਂ 'ਤੇ ਬਖਸ਼ਿਸ਼ਾਂ ਹੁੰਦੀਆਂ, ਉਹ ਜਾਣ ਲੈਂਦੇ ਨੇ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ। ਗੁਰ ਪ੍ਰਸਾਦੀ ਕਿਸੈ ਦੀ ਵੜਿਆਈ, ਰਾਮੋ ਰਾਮ ਤੇ ਆਏਗਾ। ਗੁਰੂ ਦੀ ਕਿਰਪਾ ਕੇ ਵਡਿਆਈ ਤੂੰ ਕਿਸੇ ਵਿਰਲੇ ਨੂੰ ਦਿੰਦਾ ਹੈ, ਜੋ ਮਨ ਤਨ ਕਰਕੇ ਨਾਮ ਜਪਦਾ ਤੇ ਆਉਂਦਾ। ਗੁਰ ਸੇਵੇ ਦੀ ਵੜ ਹੋਰ ਲਾਹਾ ਨਾਹੀ, ਨਾਮ ਮਨ ਵਸੈ ਨਾਮੋ ਸਾਲਾਹੀ। ਗੁਰੂ ਦੀ ਸੇਵਾ ਜਿਤਨਾ ਵੱਡਾ ਹੋਰ ਕੋਈ ਲਾਹਾ ਲਾਭ ਹੀ ਨਹੀਂ ਪਾਤਸ਼ਾਹ ਪ੍ਰਮਾਤਮਾ, ਕਿਉਂਕਿ ਸਤਿਗੁਰਾਂ ਨੇ ਆਪ ਸਵੈ ਸੇਵਾ ਕੀਤੀ, ਬਖਸ਼ਿਸ਼ਾਂ ਲਈਆਂ, ਮੁਰਾਦ ਦੇ ਪਾਏ, ਤੀਜੇ ਗੁਰੂ ਨਾਨਕ ਬਣ ਗਏ। ਕਿਉਂਕਿ ਸੇਵਾ ਵੀ ਜਿਸ ਨੂੰ ਆਪ ਲਾਇਆ ਉਹ ਕਰਦਾ ਹੈ, ਫਿਰ ਉਸਦੀ ਖਬਰ ਵੀ ਲੈਂਦਾ। ਪਾਤਸ਼ਾਹ ਵੀ ਫਰਮਾਉਂਦੇ ਨੇ ਆਪੇ ਸੇਵਾ ਲਾਇਆ ਆਪੇ ਬਖਸ਼ ਕਰੇ, ਸਭ ਦਾ ਕੰਮ ਆਪ ਉਹ ਆਪ ਹੈ, ਆਪੇ ਸਾਰ ਕਰੇ, ਫਿਰ ਖਬਰ ਵੀ ਲੈਂਦਾ ਹੈ, ਕੁਝ ਦੇਣਾ ਹੈ, ਬਖਸ਼ਿਸ਼ਾਂ ਕਰਨੀਆਂ। ਬੁਗਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੋਂ ਆਪ ਕਰਾਂ ਤਾਂ ਬੈਕੁੰਠ ਜਹਿ ਕੀਰਤਨ ਤੇਰਾ, ਤੂੰ ਆਪੇ ਸ਼ਰਧਾ। ਭੁਗਤ ਭੁਗਤ ਜੁਗਤ ਦੀ ਸੇਵਾ, ਜਿਸ ਤੂੰ ਆਪ ਕਰਾਂ ਤਾਂ ਬੈਕੁੰਠ ਜਹਿ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਆਪ ਸ਼ਰਧਾ ਪਿਆਰ ਲਾਉਂਦਾ ਹੈ, ਸੇਵਾ ਆਪ ਕਰਾਉਂਦਾ, ਫਿਰ ਜਗਿਆਸੂ ਵੱਡੇ ਮਰਾਤਮੇ ਪਾਉਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ
ਗੁਰ ਸੇਵੇ ਜੇਵਡ ਹੋਰ ਲਾਖਾ, ਨਾ ਹੀ ਨਾਮ ਮਨ ਵਸੈ ਨਾ ਮੋਹ ਸਾਜਾ। ਕਿਉਂਕਿ ਜਿਨ੍ਹਾਂ ਨੇ ਸੇਵਣੇ ਸੇ ਨਾਮ ਮਨ ਵਿੱਚ ਵਸਦਾ, ਨਾਮ ਨੂੰ ਹੀ ਮੋਹ ਕਰਕੇ ਸਲਾਹੁੰਦੇ ਨੇ। ਕਿਉਂਕਿ ਗੁਰੂ ਦੀ ਸੇਵਾ ਜਿਤਨਾ ਵੱਡਾ ਕੋਈ ਲਾਖਾ। ਨਾਮੋ ਨਾਮ ਸਦਾ ਸੁਖ ਦਾਤਾ, ਨਾਮੋ ਲਾਹਾ ਪਾਏਗਾ। ਨਾਮ ਹੀ ਨਾਮ ਇਸ ਲੋਕ ਵਿੱਚ ਸੁੱਖਾਂ ਦਾ ਦਾਤਾ ਹੈ। ਨਾਮ ਦੇ ਜਪਿਆਂ ਪਿਆਰੀ ਉਹ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ। ਪਾਤਸ਼ਾਹ ਤਾਂ ਫਰਮਾਉਂਦੇ ਨੇ ਸਾਰੇ ਰੋਗਾਂ ਦੀ ਦਾਰੂ ਨਾਮ। ਸਰਬ ਲੋਕ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਵ ਨਾਮ ਜਪ, ਦੁੱਖ ਵੀ ਸੁੱਖ ਬਣ ਜਾ ਬਣ। ਬਹੁਤ ਸਕਾਮ ਕਰ ਪਾਤਸ਼ਾਹ ਫਰਮਾਉਂਦੇ, ਪਰਲੋਕ ਵਿੱਚ ਵੀ ਨਾਮ ਕਰਕੇ ਜੀਵ ਲਾਹਾ ਲੈਂਦਾ ਹੈ ਪਾਉਂਦਾ ਹੈ। ਬਿਨ ਨਾਵੈ ਸਭ ਦੁੱਖ ਸੰਸਾਰਾ, ਬਹੁ ਕਰਮ ਕਮਾਵੇ ਵਧੇ ਵਿਕਾਰਾ। ਬਿਨਾਂ ਨਾਮ ਤੋਂ, ਬੰਦਗੀ ਤੋਂ, ਭਗਤੀ ਤੋਂ ਸਾਰਾ ਸੰਸਾਰ ਜਗਤ ਨੂੰ ਦੁੱਖ ਹੀ ਦੁੱਖ ਹੈ ਬਿਨਾਂ ਨਾਮ। ਬਹੁਤ ਸਕਾਮ ਕਰਮ ਕਰਦੇ, ਇਸ 'ਤੇ ਵਿਕਾਰ ਹੀ ਵੜਦੇ ਨੇ ਪਿਆਰੇ, ਸੁੱਖ ਨਹੀਂ ਮਿਲਦੇ। ਨਾਮ ਨਾ ਸੇਵੇ ਕਿਉਂ ਸੁੱਖ ਪਾਈਐ, ਬਿਨ ਲਾਵੈ ਦੁੱਖ ਪਾਏਗਾ। ਜੋ ਨਾਮ ਨਹੀਂ ਜਪਦਾ, ਬੰਦਗੀ ਵਿੱਚ ਨਹੀਂ ਜੁੜਦੇ, ਕਿਸ ਪ੍ਰਕਾਰ ਸੁੱਖ ਪਾਵਣਗੇ ਬਿਨਾਂ ਨਾਮ ਤੋਂ, ਸੋ ਦੁੱਖ ਹੀ ਪਾਉਂਦੇ ਨੇ ਪਿਆਰੇ। ਆਪ ਕਰੇ ਤੈ ਆਪ ਕਰਾਏ, ਗੁਰ ਪ੍ਰਸਾਦੀ ਕਿਸੈ ਬੁਝਾਏ। ਆਪ ਹੀ ਤੈਨੇ ਜੀਵ ਕੀਤੇ ਨੇ ਮੇਰੇ ਵਾਹਿਗੁਰੂ, ਇਹਨਾਂ ਤੋਂ ਕਰਮ ਵੀ ਤੂੰ ਆਪ ਕਰਾਉਂਦਾ। ਪਰੰਤੂ ਇਹ ਗੁਰੂ ਦੀ ਕਿਰਪਾ ਕਰਕੇ ਕਿਸੇ ਵਿਰਲੇ ਨੂੰ ਸਮਝ ਆਉਂਦੀ ਹੈ, ਸੋਝੀ ਕਿ ਕਰਨ ਖਾਰ ਮੇਰਾ ਵਾਹਿਗੁਰੂ ਪਰਮੇਸ਼ਰ ਆਪ ਹੈ, ਕੋਈ ਦੂਜਾ। ਗੋਰਵ ਕੋ ਵੈਸੇ ਬੰਧਨ ਤੋੜ, ਮੁਕਤੀ ਕੈ ਘਰ ਪਾਏਗਾ। ਜੋ ਗੁਰਮੁਖ ਗੁਰਮਤੀ ਆ, ਗੁਰ ਸ਼ਬਦ ਆ, ਸੋ ਸੰਸਾਰ ਬੰਧਨਾਂ ਨੂੰ ਤੋੜ ਦਿੰਦਾ ਹੈ ਪਿਆਰਾ, ਉਹੀ ਮੁਕਤੀ ਦੇ ਤਾਂ ਹੀ ਇਸਦੇ ਵਿੱਚ ਪਾਉਂਦਾ। ਗਣਤ ਗਣੈ ਸੋ ਜਲ ਸੰਸਾਰਾ, ਸਹਿਸਾ ਮੂਲ ਨ ਚੁੱਕੈ ਵਿਕਾਰਾ। ਗਿਣਤੀ ਗਿਣਦਾ ਹੈ ਆਪ ਨੂੰ, ਕਰਤਾ ਭੋਗਦਾ ਮੰਨਦਾ, ਸੋਈ ਸੰਸਾਰ ਵਿੱਚ ਚੱਲਦਾ। ਫਿਕਰ ਵਿਕਾਰ ਕਦੇ ਨਹੀਂ ਚੁੱਕਦੇ, ਦੂਰ ਨਹੀਂ ਹੁੰਦੇ। ਗੁਰਮੁਖ ਹੋਵੈ ਸੋ ਗਣਤ ਚੁਕਾਏ, ਸੱਚੇ ਸੱਚ ਸਮਾਏਗਾ। ਜੋ ਗੁਰਮੁਖ ਸੋ ਗਿਣਤੀ ਚੁਕਾਉਂਦਾ, ਇਹ ਵਾਹਿਗੁਰੂ ਸੋ ਨੇਚੇ ਕਰਕੇ ਤੇਰੇ ਵਿੱਚ ਸਮਾ ਜਾਂਦਾ। ਜੇ ਸੱਚ ਦੇਤਾ ਪਾਏ ਕੋਈ, ਗੁਰ ਪ੍ਰਸਾਦੀ ਪ੍ਰਗਟ ਹੋਈ। ਇਹ ਸੱਚੇ ਜੇ ਤੂੰ ਸੱਚ ਨੂੰ ਦਵੇਂ ਤਾਂ ਕੋਈ ਪਾਉਂਦਾ, ਗੁਰੂ ਦੀ ਕਿਰਪਾ ਕਰਕੇ ਬਾਤ ਪ੍ਰਗਟ ਹੋ ਜਾਂਦੀ ਹੈ, ਗੁਰ ਪ੍ਰਸਾਦੀ ਪ੍ਰਗਟ ਹੋਈ। ਸੱਚ ਨਾਮ ਸਲਾਹੇ ਰੰਗ ਰਾਤਾ, ਗੁਰ ਕਿਰਪਾ ਤੇ ਸੁਖ ਪਾਏਗਾ। ਇਹ ਸੱਚੇ ਪ੍ਰੇਮ ਵਿੱਚ ਰਤਿਆ ਹੋਇਆ ਤੇਰੇ ਨਾਮ ਨੂੰ ਚਲਾਉਂਦਾ, ਗੁਣ ਤੇਰੇ ਗਾਉਂਦਾ, ਉਹ ਗੁਰੂ ਦੀ ਕਿਰਪਾ ਤੇ ਸੁੱਖ ਪਾਉਂਦਾ। ਜਪ ਤਪ ਸੰਜਮ ਰਾਮ ਪਿਆਰਾ,
ਕਿਲਵਿਕ ਕਾਟੇ ਕਾਟ ਹਾਰ ਜਪ ਤਪ ਸੰਜਮ ਆਦਿਕ ਗੁਣ ਤੂੰ ਪ੍ਰਾਪਤ ਜਿਹਨੂੰ ਤੇਰਾ ਨਾਮ ਪਿਆਰਾ ਲੱਗਦਾ ਗੇ ਪਾਪਾਂ ਦੇ ਕੱਟਣੇ ਹਾਰੇ ਤੂੰ ਹੀ ਤਿੰਨਾਂ ਦੇ ਪਾਪ ਕੱਟਦਾ ਹਾਰ ਕਹਿ ਨਾਮ ਤਨ ਮਨ ਸੀਤਲ ਸਹਿਜੇ ਸਹਿਜ ਸਮਾਏਗਾ ਕੇ ਮੇਰੇ ਵਾਹਿਗੁਰੂ ਨਿਰੰਕਾਰ ਜਿਹਨਾਂ ਨੂੰ ਆਪ ਨਾਮ ਕਰਕੇ ਨਾਮ ਜਪਿਆ ਮਨ ਤਨ ਸੀਤਲ ਹੋਇਆ ਬਖਸ਼ਿਸ਼ਾਂ ਹੋਈਆਂ ਉਸ ਉੱਤੇ ਹੀ ਗਿਆਨ ਵਿੱਚ ਸਮਾ ਗਏ ਅੰਤਰ ਲੋਭ ਮਨ ਵੈ ਲੈ ਮਲ ਲਾਏ ਵੈਲੇ ਕਰਮ ਕਰੇ ਦੁੱਖ ਪਾਏ ਜਿਹਨਾਂ ਦੇ ਅੰਦਰ ਲੋਭ ਹੈ ਉਹ ਆਪ ਮਨ ਦੇ ਮੈਲੇ ਨੇ ਮਨ ਮੈਲਾ ਸਭ ਕੁਛ ਸੰਗੀਆਂ ਨੂੰ ਵੀ ਲੋਭ ਨੂੰ ਮੈਲ ਹੀ ਲਾਉਂਦੇ ਨੇ ਮੈਲੇ ਪਾਪਾਂ ਦੇ ਕਰਮ ਕਰਦੇ ਨੇ ਇਸਦੇ ਨਰਕਾਂ ਦੇ ਪਿਆਰੇ ਉਹ ਦੁੱਖ ਪਾਉਂਦੇ ਨੇ ਕੂੜੋ ਕੂੜ ਕਰੇ ਵਾਪਾਰਾ ਕੂੜ ਬੋਲ ਦੁੱਖ ਪਾਏਗਾ ਝੂਠ ਹੀ ਝੂਠ ਦਾ ਵਿਉਪਾਰ ਕਰਦੇ ਝੂਠ ਬੋਲ ਕੇ ਦੁੱਖ ਪਾਉਂਦੇ ਨੇ ਪਿਆਰੇ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿਸਾ ਜਾਏ ਜੋ ਸ਼ੁੱਧ ਬਾਣੀ ਗੁਰੂ ਉਪਦੇਸ਼ ਨੂੰ ਮਨ ਵਿੱਚ ਵਸਾਉਂਦੇ ਨੇ ਗੁਰੂ ਦੀ ਕਿਰਪਾ ਇਹਦਾ ਸੰਸਾ ਦੂਰ ਹੋ ਜਾਂਦਾ ਉਹ ਵਾਹਿਗੁਰੂ ਤੋਂ ਬਖਸ਼ਿਸ਼ਾਂ ਮਿਲਦੀਆਂ ਨਿਰਮਲ ਬਾਣੀ ਕੋ ਮਨ ਵਸਾਏ ਗੁਰ ਪ੍ਰਸਾਦੀ ਸਹਿਸਾ ਜਾਏ ਉਹਨਾਂ ਦੇ ਸੰਸੇ ਭਰਮ ਦੂਰ ਹੋ ਜਾਂਦੇ ਨੇ ਗੁਰ ਕੈ ਬਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏਗਾ ਜੋ ਰਾਤ ਦਿਨ ਗੁਰੂ ਦੇ ਭਾਣੇ ਹੁਕਮ ਵਿੱਚ ਚੱਲਦੇ ਨੇ ਉਹ ਨਾਮ ਨੂੰ ਸਿਮਰ ਕੇ ਪਿਆਰੀ ਉਹ ਸੁੱਖ ਪਾਉਂਦੇ ਨੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼ ਤੰਦ ਮਾਹੇ ਮਟਾਵੋ ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ ਗੁਰ ਸ਼ਬਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ ਇਹ